ਤੁਸੀਂ ਸਬਸਕ੍ਰਾਈਬ ਕਰੋ ਇਸ MH1 ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ, ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ। ਸੋ ਗੋ ਐਂਡ ਸਬਸਕ੍ਰਾਈਬ। ਓ ਮੈਂਡੀ, ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ, ਚੱਲ ਆ ਤੈਨੂੰ ਕੰਟੀਨੀ ਚਾਹ ਪਿਆਵਾਂ। ਕੰਟੀਨੀ ਮੰਡੀਰ ਵਾਲੇ ਆਵੇ ਗੇੜਾ ਇੱਕ ਲਾ ਜਾ, ਆ ਜਾ ਨੀ, ਆ ਜਾ, ਆ ਜਾ, ਆ ਜਾ ਨੀ, ਆ ਜਾ, ਆ ਜਾ ਨੀ, ਆ ਜਾ, ਆ ਜਾ ਨੀ, ਆ ਜਾ, ਆ ਜਾ। ਉਹ ਮੈਨੂੰ ਕਹਿੰਦੀ ਚਾਰ ਪੰਜ ਪਰੌਂਠੇ ਹੀ ਖਵਾ ਜਾ, ਆ ਜਾ ਨੀ, ਆ ਜਾ, ਆ ਜਾ। ਸਤਿ ਸ਼੍ਰੀ ਅਕਾਲ ਜੀ, ਰਵਨੀਤ ਵੱਲੋਂ ਲੈ ਕੇ ਹਾਜ਼ਰ ਹੋ ਚੁੱਕਿਆ ਜੀ ਤੁਹਾਡਾ ਆਪਣਾ ਫੇਵਰੇਟ ਸ਼ੋਅ ਜਿਹਦਾ ਨਾਮ ਹੈ ਕੰਟੀਨੀ। ਸੋ ਅੱਜ ਪੂਰੀਆਂ ਰੌਣਕਾਂ ਮਹਿਫਲਾਂ ਤੇ ਹਾਸੀਆਂ ਖੇਡੀਆਂ ਹੋਣਗੀਆਂ ਜੀ। ਭੁੱਟਾ ਗਰੁੱਪ ਆਫ ਕਾਲਜਿਸ ਜਿਹੜਾ ਕਿ ਲੁਧਿਆਣਾ ਤੇ ਰਾੜਾ ਸਾਹਿਬ ਰੋਡ ਦੇ ਉੱਤੇ ਪੈਂਦਾ। ਸੋ ਆਪਾਂ ਫਨ ਕਰਦੇ ਹਾਂ, ਮਸਤੀ ਕਰਦੇ ਹਾਂ, ਗੱਲਬਾਤ ਕਰਦੇ ਹਾਂ, ਸ਼ੁਰੂ ਆਓ, ਤੁਸੀਂ ਆਓ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਾਰੇ ਮਿਲ ਗਏ ਜੀ। ਤੁਹਾਨੂੰ ਦੇਖ ਕੇ ਇੰਨੀ ਐਕਸਾਈਟਮੈਂਟ ਹੋ ਰਹੀ ਸੀਗੀ। ਅੱਛਾ ਜੀ, ਅੱਛਾ ਜੀ, ਚਲੋ ਠੀਕ ਹੈ ਜੀ, ਵਿੱਚ ਨਾ ਵੱਜੋ ਕਦੇ। ਹੋਰ ਸੁਣਾਓ ਜੀ, ਨਾਂ ਤੁਹਾਡਾ? ਮੇਰਾ ਨਾਮ ਰੀਨਾ ਸ਼ਰਮਾ। ਤੇ ਇੱਥੇ ਕਿਹੜਾ ਕੋਰਸ ਹੈ ਜੀ? ਇੱਥੇ ਮੈਂ ਬੀਐਡ ਕਰ ਰਹੀ ਹਾਂ। ਬੀਐਡ ਕਰ? ਹਾਂਜੀ। ਓਕੇ ਓਕੇ, ਕਿਉਂ ਚੁਣੀ ਬੀਐਡ? ਅੱਗੇ ਜਾ ਕੇ ਕੀ ਕਰ? ਟੀਚਰ ਲਾਈਨ ਬਹੁਤ ਅੱਛੀ ਲੱਗਦੀ ਆ। ਟੀਚਰ ਲਾਈਨ ਵਧੀਆ ਲੱਗਦੀ? ਅੱਛਾ 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 ਅੱਛਾ। ਹੋਰ ਸੁਪਨਾ, ਕਿ ਇਹ ਸੁਪਨਾ ਟੀਚਰ ਦਾ ਹੀ ਹੈ ਕਿ ਕੋਈ ਹੋਰ ਵੀ ਹੈਗਾ? ਨਹੀਂ ਨਹੀਂ, ਫੋਰਨ ਜਾਣ ਦਾ। ਫੋਰਨ? ਹਾਂਜੀ। ਓਕੇ ਓਕੇ ਓਕੇ, ਜਿੱਧਰ ਜਿਹੜੇ ਪਾਸੇ ਤੁਸੀਂ ਬਹਿ ਗਏ ਜਹਾਜ਼ 'ਚ, ਜਹਾਜ਼ ਦਾ ਪਲਟ ਜੋ। ਇਹ ਨਹੀਂ ਸ਼ੌਂਕ ਜੀ, ਗੀਤ ਗਾਓਗੇ? ਨਹੀਂ, ਮੈਂ ਕੁਛ ਯੂਥ ਨੂੰ ਮੈਸੇਜ ਦੇਣਾ ਚਾਹੂੰਗੀ ਤੇ ਕੁਛ ਦੱਸਣਾ ਚਾਹੂੰਗੀ, ਲੜਕੀਆਂ ਨੂੰ ਨਾ ਮਾਰਨ, ਭਰੂਣ ਹੱਤਿਆ ਨਾ ਕਰਨ। ਇੱਕ ਯੂਥ ਨੂੰ ਇਹ ਵੀ ਮੈਸੇਜ ਦਿਓ ਵੀ ਘੱਟ ਖਾਇਆ ਕਰੇ ਤੂੰ, ਹੈ ਕਿ ਨਹੀਂ? ਥੋੜਾ ਰਨਿੰਗ ਰਨਿੰਗ ਵੀ ਲਾ ਲੈ ਕਰੇ, ਯੂਥ ਨੂੰ ਮੈਸੇਜ ਦਿਓ। ਹਾਂਜੀ, ਮੈਂ ਤੁਹਾਨੂੰ ਨਹੀਂ ਕਹਿੰਦਾ, ਉਹ ਯੂਥ ਨੂੰ। ਐਵੇਂ ਨਾ ਤੂੰ ਚੂਰ ਬਾਬਲਾ, ਮੇਰੀ ਪੁੱਤਾਂ ਵਰਗੀ ਧੀ, ਵੇਖ ਲੈਣ ਦੇ ਦੁਨੀਆ ਮੈਨੂੰ, ਮੈਂ ਵੀ ਰੱਬ ਦਾ ਜੀ, ਮੈਂ ਵੀ ਰੱਬ ਦਾ ਜੀ। ਬਹੁਤ ਵਧੀਆ, ਬਹੁਤ ਵਧੀਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਜੀ? ਰੂਬਲਪ੍ਰੀਤ। ਰੂਬਲਪ੍ਰੀਤ, ਘਰੇ ਤਾਂ ਬਹੁਤ ਬੋਲਦੀਆਂ, ਇੱਥੇ ਬੋਲਿਆ ਕਰੋ। ਘਰੇ ਬੋਲਦੇ ਹੁੰਦੇ? ਪਰਿਵਾਰ 'ਚ ਕੌਣ ਕੌਣ ਹੈ? ਜੁਆਇੰਟ ਫੈਮਿਲੀ ਆ। ਜੁਆਇੰਟ ਫੈਮਿਲੀ ਕੌਣ ਕੌਣ ਹੈ ਜੀ? ਤਾਇਆ ਜੀ, ਤਾਈ ਜੀ। ਤਾਇਆ ਜੀ, ਤਾਈ ਜੀ। ਤਾਇਆ ਜੀ, ਤਾਈ ਜੀ, ਚਾਚੀ। ਬਈ ਜਿਹੜਾ ਮੇਲ ਬੰਦਾ ਉਹ ਐ ਵੀ ਆਵੇ, ਜਿਹੜੀ ਫੀਮੇਲ ਹੈ, ਤਾਇਆ ਜੀ, ਤਾਈ ਜੀ, ਮੈਮ। ਕੁੜੀਆਂ ਕਈ ਕਦੇ ਵੀ ਸਿੱਧਾ ਨਹੀਂ ਦੱਸਦੀਆਂ ਵੀ ਤਾਇਆ ਜੀ, ਤਾਈ ਜੀ, ਮੈਮ, ਤਾਇਆ ਜੀ, ਤਾਈ ਜੀ, ਮੈਮ। ਇਹ ਨਖਰਾ ਹੁੰਦਾ ਜੀ, ਨਖਰਾ ਹੁੰਦਾ ਵੀ, ਹੈ ਨਾ ਜੀ? ਰੱਖਣਾ ਪੈਂਦਾ ਜੀ, ਤਾਇਆ ਇੱਧਰੋਂ ਕੱਢਣਾ ਪੈਂਦਾ, ਤਾਈ ਇੱਧਰੋਂ ਹੀ। ਚਲੋ ਚਲੋ ਅੱਗੇ, ਤਾਇਆ ਜੀ, ਤਾਈ ਜੀ, ਹੋਰ ਜੀ? ਹਾਂਜੀ ਹਾਂਜੀ, ਦਾਦੀ, ਦਾਦੀ ਜੀ, ਹਾਂਜੀ ਹਾਂਜੀ, ਮਮ ਡੈਡੀ, ਹਾਂਜੀ, ਮੰਮੀ ਡੈਡੀ, ਮੰਮੀ ਡੈਡੀ, ਹਾਂਜੀ, ਇੱਕ ਬ੍ਰਦਰ ਐਂਡ ਸਿਸਟਰ। ਸਕੇ ਸਕੇ ਦੀ, ਬਹੁਤ ਵਧੀਆ, ਇਕੱਠਿਆਂ ਨੇ ਐਡਮਿਸ਼ਨ ਲੈਣੀ ਇੱਥੇ? ਹਾਂਜੀ। ਡਿਸਕਾਊਂਟ ਮਿਲਿਆ? ਡਿਸਕਾਊਂਟ? ਅੱਛਾ, ਚਲੋ ਕੋਈ ਨਹੀਂ, ਮੈਂ ਕਰ ਦੂੰ ਸਿਫਾਰਿਸ਼, ਅਗਲੀ ਵਾਰ ਦੇਣਗੇ। ਗੀਤ ਦਾ ਸ਼ੌਂਕ ਬਲਕਰਨ ਸਿੰਘ ਜੀ। ਬਲਕਰਨ ਸਿੰਘ, ਹਾਂਜੀ, ਬਹੁਤ ਵਧੀਆ, ਜਿਮ ਵਾਲੇ ਪਾਸੇ ਵੀ ਲੱਗੇ ਹੋ, ਬਹੁਤ ਵਧੀਆ। ਮੈਂ ਵੀ ਲੱਗਾ ਜੀ ਹੌਲੀ ਹੌਲੀ। ਕਿੱਦਾਂ ਡਾਇਟ ਪਲਾਨ ਕੀ ਹੈ ਤੁਹਾਡਾ? ਡਾਇਟ ਜੀ ਬਸ ਇੱਧਰ ਨਾ ਦੇਖੋ, ਨਜ਼ਰ ਲਾਉਂਗੇ ਐਵੇਂ। ਜਿਮ 'ਚ ਕਿੱਦਾਂ, ਇਕੱਲੇ ਮੁੰਡੇ ਕਿ ਕੁੜੀਆਂ ਵੀ ਆਉਂਦੀਆਂ ਜੀ? ਨਹੀਂ ਜੀ, ਕੁੜੀਆਂ ਨਹੀਂ ਆਉਂਦੀਆਂ। ਕੁੜੀਆਂ ਨਹੀਂ ਆਉਂਦੀਆਂ? ਨਹੀਂ ਆਉਂਦੀਆਂ, ਤਾਂ ਹੀ ਸਰੀਰ ਬਣ ਗਿਆ ਜਿਹੜਾ, ਇੱਥੇ ਕੁੜੀਆਂ ਦੇ ਦੇਣੀਆਂ। ਤੇ ਸ਼ੌਂਕ ਗਾਇਕੀ ਦਾ ਵੀ ਹੈਗਾ? ਹਾਂਜੀ, ਸਿੰਗਿੰਗ ਦਾ ਸ਼ੌਂਕ ਆ ਜੀ। ਸੁਣਾਓ ਜੀ ਭਾਈ। ਉਹ ਜਦ ਅੱਖ ਨਾਲੇ ਅੱਖ ਮਲਾਉਂਦੀ ਆ, ਨਾ ਨੀਂਦ ਰਾਤ ਨੂੰ ਆਉਂਦੀ ਆ, ਚੰਨ ਵਰਗੀ ਚੰਨ ਦੇ ਵਿੱਚ ਆ ਕੇ, ਚੰਨ ਵਰਗੀ ਚੰਨ ਦੇ ਵਿੱਚ ਆ ਕੇ, ਮੈਨੂੰ ਸਾਰੀ ਰਾਤ ਸਤਾਉਂਦੀ ਆ, ਜਦ ਅੱਖ ਨਾਲੇ ਅੱਖ ਮਲਾਉਂਦੀ ਆ, ਨਾ ਨੀਂਦ ਰਾਤ ਨੂੰ ਆਉਂਦੀ ਆ। ਆਹ ਪਹਿਰਾ ਤੁਹਾਡੇ ਲਈ ਜੀ, ਮੇਰੇ ਲਈ ਪਹਿਰਾ। ਓ ਆਇਓ ਫੋਲੋ MH1 ਨੂੰ ਉਹ ਕਰਦੀ ਆ,
ਕੰਟੀਨੀ ਮੰਡੀਰ ਤੇ ਮਰਦੀ ਆ ਬੋਲੋ MH1 ਨੂੰ ਕਰਦੀ ਆ ਕੰਟੀਨੀ ਮੰਡੀਰ ਤੇ ਮਰਦੀ ਆ ਉਹਦੇ ਪਿੱਛੇ ਰਵਨੀਤ ਵੀ ਫਿਰਦਾ ਪਰ ਉਹ ਬੱਲੀ ਨੂੰ ਚਾਹੁੰਦੀ ਆ ਤੁਸੀਂ ਲੈ ਲਿਓ ਜਦ ਅੱਖ ਨਾਲ ਅੱਖ ਮਲਾਉਂਦੀ ਆ ਨਾ ਨੀਂਦ ਰਾਤ ਨੂੰ ਆਉਂਦੀ ਆ ਉਹ ਕਾਹਨੂੰ ਚੀਕਾਂ ਮਾਰਦੇ ਹੋਏ ਤਾਂ ਗਈ ਮਗਰ ਉਹ ਕਹਿੰਦੇ ਵੀ ਇਹ ਹੀ ਦੁੱਖ ਹੈ ਇਹ ਫਿਰ ਚੀਕਾਂ ਦੁੱਖ ਚ ਨਿਕਲ ਰਹੀਆਂ ਮਾਈਆ ਵਧੀਆ ਜੀ ਹਾਂਜੀ ਹਾਂਜੀ ਬਹੁਤ ਵਧੀਆ ਉਹਨਾਂ ਵਰਗੇ ਸਾਰਿਆਂ ਨੂੰ ਮਿਲੇ ਉਹਨਾਂ ਵਰਗਾ ਸਾਰਿਆਂ ਨੂੰ ਮਿਲੇ ਹਾਂਜੀ ਹਾਂਜੀ ਉਹੀ ਸਾਰਿਆਂ ਨੂੰ ਮਿਲੇ ਕਿ ਉਹਨਾਂ ਵਰਗਾ ਨਹੀਂ ਨਹੀਂ ਉਹਨਾਂ ਵਰਗਾ ਸਾਰਿਆਂ ਨੂੰ ਮਿਲੇ ਉਹ ਸਾਰੇ ਨੂੰ ਮੇਰੇ ਨੇ ਬਸ ਓਕੇ ਜੀ ਓਕੇ ਕੀ ਸ਼ੌਂਕ ਜੀ ਮੈਂ ਜੀ ਭੰਗੜਾ ਕਰੂੰਗੀ ਭੰਗੜਾ ਕਰੂੰਗੇ ਹਾਂਜੀ ਚਲੋ ਠੀਕ ਹੈ ਗੱਭਰੂ ਚਿਪਸ ਦਾ ਉਹ ਇਕੱਠਾ ਹੀ ਗੱਭਰੂ ਖਾ ਜਾਂਦਾ ਪੈਕਟ ਚਿਪਸ ਦਾ ਇਹੀ ਫਾਇਦਾ ਹੁੰਦਾ ਹੈ ਮੋਟੇ ਲਿਪਸ ਦਾ ਵਾਟਸ ਯੂਰ ਨੇਮ ਅਜੂ ਏਡੀਯੂ ਏਡੀਯੂ ਸੋ ਯੂ ਹੈਵ ਗਰਲਫ੍ਰੈਂਡ ਔਰ ਨਾਟ ਓ ਯੈਸ ਬੈਕ ਇਨ ਮਾਈ ਕੰਟਰੀ ਨਾਟ ਇਨ ਇੰਡੀਆ ਓਕੇ ਓਕੇ ਇਨ ਯੂਰ ਕੰਟਰੀ ਵਾਟਸ ਹਰ ਨੇਮ ਵਾਈ ਡੂ ਯੂ ਵਾਂਟ ਟੂ ਨੋ 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 ਯਾ ਦੱਸਣਾ ਨਹੀਂ ਦੱਸਣਾ ਨਹੀਂ ਮੈਨੂੰ ਵੀ ਸਮਝ ਆ ਰਿਹਾ ਹੈ ਸੇ ਨੇਮ ਰਾਹਿਲ ਓਕੇ ਓਕੇ ਯੂ ਹੈਵ ਗਰਲਫ੍ਰੈਂਡ In this country or there? Up. In this college? Yeah, in this college. Oh, Sangda Munda, Sangda. Any song of your culture, of your like, your favorite one, any song? Who never thought that I would see this day, that I would see my ghetto life fade away, cause I was lost and couldn't find a way. And now I look forward to every day. Welcome to my sunny day. Thank you so much, thank you so much. Oh, jis din sohneya banere utte chadna. Oh, jis din sohneya banere utte chadna. Oh, hai os din ambaran te chann vi nahi chadna. Your name? Sasrikal. ਮੇਰਾ ਨਾਮ ਰੋਮਨ ਆ ਤੈਨੂੰ ਪੰਜਾਬੀ ਆਉਂਦੀ ਹੈ ਮਰ ਜਾ ਤੂੰ ਆ ਪੀਵਾ ਚ ਪੀਵਾ ਮੈਂ MBA ਕਲਾਸ ਫਸਟ ਇਅਰ ਐਂਡ ਵਨ ਆਫ ਥੈਮ ਇਜ਼ ਹੇਅਰ ਕੁਮਾਰ ਓਕੇ ਸ਼ੀ ਇਜ਼ ਯਰ ਬੈਸਟ ਫਰੈਂਡ ਬੈਸਟ ਤਾਂ ਹੋਗੀ ਸੋਹਣੀ ਦੇ ਕਿੰਨੀ ਹੈ ਫਰੋਮ ਵਨ ਕਾਲਜ ਟੂ ਹੇਅਰ ਕਾਲਜ ਆਈ ਫਾਊਂਡ ਹਰ ਸੋ ਸ਼ੀ ਇਜ਼ ਡਿਸਪਲੇ ਪਤਾ ਨਹੀਂ ਕੀ ਬੋਲੀ ਇਹਨੇ ਪਰ ਭੱਗ ਵਾਲੇ ਆ ਜਿਹੜੇ ਸੋਹਣੀ ਲਈ ਫਿਰਦੇ ਨਾ ਵੇਖ ਕੇ ਤੈਨੂੰ ਹਰ ਮੁੰਡਾ ਮੱਚਦਾ ਦੇਖ ਕੇ ਤੈਨੂੰ ਹਰ ਮੁੰਡਾ ਮੱਚਦਾ ਮੈਂ ਪਹਿਲੀ ਵਾਰ ਦੇਖਿਆ ਦੁੱਧ ਨਾਲ ਕੋਕਾ ਕੋਲਾ ਨੱਚਦਾ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਰਮਨਦੀਪ ਸਿੰਘ ਸੇਖੋ ਮੈਂ ਤੁਹਾਡੇ ਤੇ ਗਾਣਾ ਲਿਖਿਆ ਜੀ ਧੰਨਵਾਦ ਬਾਈ ਆਉਣ ਦੋ ਮੈਂ ਇੰਨੇ ਕਾਬਿਲ ਨਹੀਂ ਪਰ ਸੁਣਾਓ ਥੈਂਕ ਯੂ ਨੀ ਉਂਜ ਭਾਵੇਂ ਸਾਰੇ ਦਿਨ ਰਹਿੰਦਾ ਯਾਰਾਂ ਨਾਲ ਆ ਨੀ ਬੁੱਧਵਾਰ ਨੂੰ ਉਹ ਬਾਨੇ ਕਰਦਾ ਕਮਾਲ ਆ ਉਂਜ ਭਾਵੇਂ ਸਾਰੇ ਦਿਨ ਰਹਿੰਦਾ ਯਾਰਾਂ ਨਾਲ ਆ ਨੀ ਬੁੱਧਵਾਰ ਨੂੰ ਉਹ ਬਾਨੇ ਕਰਦਾ ਕਮਾਲ ਆ ਓਏ ਆਪ ਹੀ ਲਾ ਕੇ ਭੂਨ ਦੂਜੇ ਭੂਨ ਤੋਂ ਆਪ ਹੀ ਲਾ ਕੇ ਭੂਨ ਦੂਜੇ ਭੂਨ ਤੋਂ ਕਹਿੰਦਾ ਮਾਤਾ ਦਾ ਹਾਂ ਆਵੇ ਓਏ 8 ਵਜੇ ਸ਼ੋ ਹੋਣਾ ਰਵਨੀਤ ਦਾ ਉਲਾਰੇ ਯਾਰਾਂ ਨੂੰ ਆ ਲਾਵੇ ਹਾਏ ਹਾਏ 8 ਵਜੇ ਸ਼ੋ ਹੋਣਾ ਰਵਨੀਤ ਦਾ ਉਲਾਰੇ ਯਾਰਾਂ ਨੂੰ ਹਾਂ ਲਾਵੇ MH1 ਯਾਰੋ ਕਰੇ ਪ੍ਰਮੋਟ ਬਈ ਉਹ ਯਾਰ ਯਾਰਾਂ ਦੀ ਉਹ ਸਦਾ ਕਰਦੇ ਸਪੋਰਟ ਬਈ MH1 ਯਾਰੋ ਕਰੇ ਪ੍ਰਮੋਟ ਬਈ ਉਹ ਯਾਰ ਯਾਰਾਂ ਦੀ ਉਹ ਸਦਾ ਕਰਦੇ ਸਪੋਰਟ ਬਈ ਓਏ ਰਮਨ ਤਾਂ ਲਿਖੇ ਹਾਂ ਕਲਾਸ ਵਿੱਚ ਗੀਤ ਸੇਖੋ ਟੀਵੀ ਉੱਤੇ ਗਾਵੇ 8 ਵਜੇ ਸ਼ੋ ਹੋਣਾ ਰਵਨੀਤ ਦਾ ਉਲਾਰੇ ਯਾਰਾਂ ਨੂੰ ਹਾਂ ਲਾਵੇ ਥੈਂਕ ਯੂ ਸੋ ਮਚ
ਮਨਦੀਪ ਸਿੰਘ ਸੁਣਾਓ ਜੀ ਸੁਣਾਓ ਤੇਰੇ ਪਿੰਡੋਂ ਬਾਹਰ ਚੌਂਕ ਵਿੱਚ ਫੈਰ ਹੋਣਗੇ ਨੀ ਵੱਡੇ ਬਾਈਲੀਆਂ ਦੇ ਉੱਤੇ ਅੱਜ ਕੈਰ ਹੋਣਗੇ ਤੇਰੇ ਪਿੰਡੋਂ ਬਾਹਰ ਚੌਂਕ ਵਿੱਚ ਫੈਰ ਹੋਣਗੇ ਨੀ ਵੱਡੇ ਬਾਈਲੀਆਂ ਦੇ ਉੱਤੇ ਅੱਜ ਕੈਰ ਹੋਣਗੇ ਓ ਏਰੀਏ ਦੇ ਵਿੱਚ ਹੋਜੂ ਚਰਚਾ ਮੈਂ ਜ਼ਿੰਦਗੀ ਇਹਨਾਂ ਦੀ ਜਦੋਂ ਪਾਰ ਲਾ ਗਿਆ ਆਪੇ ਦੇਖ ਲਈ ਖਲਾਰੇ ਪੈਂਦੇ ਕੱਲੇ ਕੱਲੇ ਦੇ ਯਾਰ ਤੇਰਾ ਜੇਲ੍ਹ ਵਿੱਚੋਂ ਬਾਹਰ ਆ ਗਿਆ ਆਪੇ ਦੇਖ ਲਈ ਖਲਾਰੇ ਪੈਂਦੇ ਕੱਲੇ ਕੱਲੇ ਦੇ ਯਾਰ ਤੇਰਾ ਜੇਲ੍ਹ ਵਿੱਚੋਂ ਬਾਹਰ ਆ ਗਿਆ ਉਹ ਪਿਛਲੀ ਵਾਰੀ ਨੀ ਮੈਨੂੰ ਜਾਪਦਾ ਸੇਵਾ ਨਦੀ ਚ ਕੋਈ ਕਸਰ ਰਹਿ ਗਈ ਅਰਥੀ ਤਾਂ ਬਿਲੋ ਹੈ ਤਿਆਰ ਪਰ ਮੈਂ ਵੀ ਉਦੋਂ ਚੁੱਪ ਚਾਪ ਬੈਠ ਗਈ ਉਹ ਵੈਰੀਆਂ ਦੀ ਇਹ ਕਦੇ ਕੀ ਕਿਵੇਂ ਪਾੜਦੀ ਜਦੋਂ ਐਲ ਜੀ ਦੇ ਰੌਂਦਾਂ ਦਾ ਭੰਡਾਰ ਲਾ ਗਿਆ ਆਪੇ ਦੇਖ ਲਈ ਗਲਾਰੇ ਪੈਂਦੇ ਕੱਲੇ ਕੱਲੇ ਨੀ ਯਾਰ ਤੇਰਾ ਜੇਲ੍ਹ ਵਿੱਚੋਂ ਬਾਹਰ ਆ ਗਿਆ ਥੈਂਕ ਯੂ ਸੋ ਮਚ ਕੀ ਨਾਂ ਹੈ ਤੁਹਾਡਾ ਜਸਵਿੰਦਰ ਸਿੰਘ ਜੀ ਹਾਂਜੀ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਬਹੁਤ ਸੋਹਣੀ ਪੱਗ ਬਾਈ ਥੈਂਕ ਯੂ ਬਹੁਤ ਸੋਹਣੀ ਅਤੇ ਬਹੁਤ ਸੋਹਣੀ ਦਾੜੀ ਰੂਪ ਸਾਂਭ ਕੇ ਰੱਖੇ ਹੋਏ ਇੱਦਾਂ ਹੀ ਬਹੁਤ ਸੋਹਣੇ ਲੱਗਦੇ ਹੋ ਬਾਬਾ ਜੀ ਤਰੱਕੀ ਰਹਿਣ ਤੁਹਾਨੂੰ ਬਹੁਤ ਸਾਰੀ ਸ਼ੌਂਕ ਕੀ ਹੈ ਜੀ ਸ਼ੌਂਕ ਆਪਾਂ ਨੂੰ ਸਿੰਗਿੰਗ ਦਾ ਅਤੇ ਆਪ ਲਿਖਦੇ ਹੋ ਤਾਂ ਗਾ ਵੀ ਲੈਂਦੇ ਓਕੇ ਜੀ ਸੁਣਾਓ ਜੀ ਫਿਰ ਸੋ ਇੱਕ ਗਾਣਾ ਸੁਣਾਉਣ ਲੱਗਿਆ ਜੋ ਸਾਡੇ ਨਾ ਕੁੜੀ ਕਿਸੇ ਨੂੰ ਜਾਣਦੀ ਹੋਵੇ ਤਾਂ ਵੀ ਵੀਰਾ ਕਹਿ ਕੇ ਬੁਲਾਉਂਦੀ ਆ ਮੁੰਡੇ ਨੂੰ ਇਹ ਚਾਹੀਦਾ ਵੀ ਐਂ ਬੁਲਾਉਣ ਗੁਰਪ੍ਰੀਤ ਜੀ ਗੱਲ ਸੁਣਿਓ ਫਿਰ ਮੁੰਡੇ ਐਂ ਭੱਜ ਕੇ ਜਾਣਗੇ ਵੀ ਹਾਏ ਹੋਏ ਕਹਿੰਦੇ ਜੱਤ ਜੀ ਗੱਲ ਸੁਣੋ ਹਾਂਜੀ ਹਾਂਜੀ ਸੁਣਾਓ ਉਹ ਕੁੜੀ ਸੂਟ ਵਿੱਚ ਹੋਵੇ ਪਾਵੇ ਜੀਨ ਵਿੱਚ ਬਈ ਬੈਠੇ ਪਾਰਕ 'ਚ ਹੋਈਏ ਜਾਂ ਕੰਟੀਨ ਵਿੱਚ ਬਈ ਬਸ ਹੀ ਕੋਈ ਗਰਾਰੀ ਰਹਿੰਦੀ ਅੜਦੀ ਨਾ ਹੋਰ ਸਾਨੂੰ ਦੁੱਖ ਕੋਈ ਆ ਉਹ ਯਾਰਾਂ ਦੋਸਤਾਂ ਵਾਲੀ ਤਾਂ ਕੋਈ ਗੱਲ ਨਾ ਵੀਰਾ ਵੀਰਾ ਹੋਈ ਪਈ ਆ ਉਹ ਯਾਰਾਂ ਦੋਸਤਾਂ ਵਾਲੀ ਤਾਂ ਕੋਈ ਗੱਲ ਨਾ ਵੀਰਾ ਵੀਰਾ ਹੋਈ ਪਈ ਆ ਹਰ ਇੱਕ ਤੋਂ ਚੱਲਿਆ ਟਰੈਂਡ ਮਿੱਤਰੋ ਨਾ ਬਣਦੀਆਂ ਜਸਟ ਫਰੈਂਡ ਮਿੱਤਰੋ ਉਹ ਵੀਰਾ ਕਹਿੰਦੀਆਂ ਤੇ ਰੱਖਣ ਲਿਹਾਜ਼ ਨਾ ਕਿ ਮੱਤ ਪੁੱਟੀ ਹੋਈ ਪਈ ਆ ਉਹ ਯਾਰਾਂ ਦੋਸਤਾਂ ਵਾਲੀ ਤਾਂ ਕੋਈ ਗੱਲ ਨਾ ਵੀਰਾ ਵੀਰਾ ਹੋਈ ਪਈ ਆ ਉਹ ਇੱਥੇ ਜਸਟ ਫਰੈਂਡ ਵਾਲੀ ਗੱਲ ਨਾ ਵੀਰਾ ਵੀਰਾ ਹੋਈ ਪਈ ਆ Some people make you comfortable, some don't make you comfortable, so it's 50-50. Now you're gonna sing a song? Yeah. Hindi song or which song? Hindi. Hindi, okay. Tum paas se aaye. Kehta ji, tum paas aaye. You know the meaning? Like tum paas aaye, what's the meaning? I don't know the meaning, actually, maybe you tum paas aaye, matlab you come nede, near. Okay. Kitu, okay. ਤੁਮ ਪਾਸੇ ਆਏ ਯੂ ਮੁਸਕਰਾਏ ਤੁਮ ਨੀਂਦ ਜਾਲੇ ਕਿਆ ਸਪਨੇ ਦਿਹਾਏ ਅਬੂ ਦੁਨਿਰਾਜ ਜਾਗੇ ਨ ਸੋਤਾ ਹੈ ਕਿਆ ਕਰੂੰ ਹਾਏ ਕੁਛ ਕੁਛ ਹੋਤਾ ਹੈ ਬਹੁਤ ਵਧੀਆ ਬਹੁਤ ਵਧੀਆ ਰੇਖਾ ਤੇਰੇ ਚਿਹਰੇ ਕੀ ਮੁਸਕਾਨ ਜੇ ਬਤਾ ਰਹੀ ਹੈ ਕਿ ਤੁਮੇ ਕੰਟੀਨੇ ਮੰਡੀਰ ਸ਼ੋਅ 'ਚ ਬਹੁਤ ਪਿਆਰਾ ਹੈ ਲੇਕਿਨ ਤੁਮ ਉਸਮੇ ਇਸ ਲਈ ਪਰਫਾਰਮ ਨਹੀਂ ਕਰ ਰਹੀ ਹੋ ਕਿ ਰਵਨੀਤ ਤੁਹਾਡੀ ਬਾਤੋਂ ਬਾਤੋਂ ਮੈਂ ਬਰੇ ਕਾਲਜ ਮੈਂ ਬੇਇੱਜ਼ਤੀ ਨਾ ਕਰਦੇ ਔਰ ਅਗਰ ਤੁਮ ਔਰੋਂ ਕੀ ਬੇਇੱਜ਼ਤੀ ਭਾਸ ਰਹੀ ਹੋ ਤਾਂ ਤੁਸੀਂ ਬੇਇੱਜ਼ਤੀ ਮੇਂ ਵੀ ਹੱਸਣਾ ਸਿੱਖੋ ਤੋ ਜੀ ਤੁਹਾਡੇ ਲਈ ਬਹੁਤ ਗਲਤ ਬਾਤ ਹੈ ਬਹੁਤ ਵਧੀਆ ਭਾਈ ਥੈਂਕ ਯੂ ਸੋ ਮਚ ਸੋ ਫਨ ਮਸਤੀ ਇੱਦਾਂ ਹੀ ਕੰਟੀਨਿਊ ਰਹੂਗੀ ਹੁਣ ਮੇਰਾ ਹੋ ਚੁੱਕਿਆ ਜੀ ਇੱਕ ਛੋਟੇ ਜਿਹੇ ਬ੍ਰੇਕ ਦਾ ਮਿਲਦੇ ਹਾਂ ਜੀ ਇੱਕ ਛੋਟੇ ਜਿਹੇ
इधर आइए, देखिए ये चेहरा, देखिए ये चेहरा, देखिए ये चेहरा, गौर से देखिए। अब जाइए, अब आइए। अरे आप सोच रहे होंगे कि इन्होंने कपड़े बदले, नहीं, ये फिर से देखिए। अरे भाई ट्विंस हैं। सत श्री अकाल जी। सत श्री अकाल। थोड़ा नाम की है जी? मेघा। मेघा छोटा जी? नेहा। मेघा पाटू? नेहा। नेहा, ओके ओके ओके। ते कदों थोड़ा जन्मदिन कदों है? 17 जनवरी 1987। लड़ाई होती थोड़ी? बहुत। फिर कट्ठे क्यों जमना है? लेट जम जाते किसी ने तो आंदी है हां जी ओके। अच्छा केड़ी गल तो बात लड़ाई होती है? वैसे थोड़ा एक फायदा है, लीड़ा एक लिया फिर तू पा लेगी, तू तेरे तू नहीं नहीं ये साडे च नहीं हुंदा, ये थोड़े अड्ड अड्ड बारी है। मेरी मेरी कोटी है, है मेरा सूट है, चल एवी हुंदा जी। ओके जी ओके। वैसे थोड़ा दोनों की सिमिलैरिटी की है भी? हां थोनू मतलब की खान से जी वधी लगदी है या ए वाला म्यूजिक थोनू दोनों नु वधी लगदा भी? इधर जी टेस्ट सेम है साडा, मतलब फूड वगैरह च चाइनीज पसंद है, चाइनीज खाना पसंद है बिल्कुल। ऑपोजिट केड़ा है? ऐदा कुछ भी नहीं, ऐदा कुछ नहीं, साडी हां सेम है, हाय तक सब कुछ सेम ही है फिलहाल, अजे तक जेड़ा मुंडा है पसंद ओही मुंडा है। बहुत वधिया जी, बाबा जी तुहानू बहुत सारी तरक्कियां देण, खुश रहो दोवें, स्माइल तुहाडे दोनों दी बहुत सोहणी है। थैंक यू। हां दोवें हसदियां मौके ते। अच्छा गीत बहुत वधिया, गीत सुनाओगे? हां जी जरूर। गुलाबी आंखें जो तेरी देखी, शराबी ये दिल हो गया, संभालो मुझको हो मेरे यारो, संभलना मुझको हो गया। की नाम जी मेरे? हुसैन। हुसैन, ओके जी ओके जी। कितों बिलोंग करदे जी? राड़ा साहब वीरे, ग्लोकल आगे दी पिंड। ओके जी ओके। ते एम जी जिंदगी दा? एम वीरे सिंगिंग। रोटी मक्की दी जैनी नी फिर साग बनाउण दा की फायदा, वो जेड़े मल ने खड़े च टैना ओनू घ्यो खवाउण दा की फायदा, वो जेड़े बोल ना सीने विच शेक कर दे ऐसे बोलां नू गाउण दा की फायदा, वो कड्डी है पकौड़े काढ़ के भी तेल नू, वो बिजली दे खंबे दे ना चाड़ो वेल नू, वो रोटी खा के हाथ नी कदे विच चक्की दे, वो मित्रो पटोले पिंड चौनी पट्टी दे, वो मित्रो पटोले पिंड चौनी पट्टी दे, वो मित्रो पटोले पिंड चौनी पट्टी दे। ਤੁਹਾਡਾ ਨਾਂ ਜੀ? ਸੁਖਚੈਨ ਸਿੰਘ। ਸੁਖਚੈਨ ਸਿੰਘ, ਤੁਹਾਡੇ ਸ਼ੌਂਕ ਜੀ? ਮੇਰੇ ਕ੍ਰਿਕਟ ਖੇਡਣਾ, ਸਿੰਗਿੰਗ ਗਾਉਣਾ ਦੇ। ਚਲੋ ਠੀਕ ਹੈ ਜੀ, ਆਹ ਫੜੋ ਜੀ। ਉਹ ਮੈਨੂੰ ਆਖਦੀ ਹੈ ਦਾਰੂ ਪੀਣੀ ਛੱਡ ਦਿਓ ਜੀ, ਡੇਲੀ ਪੀਣ ਦੀ ਵੀ ਹੌਬੀ ਦਿਲੋਂ ਕੱਢ ਦਿਓ ਜੀ, ਉਹ ਮੈਨੂੰ ਆਖਦੀ ਹੈ ਦਾਰੂ ਪੀਣੀ ਛੱਡ ਦਿਓ ਜੀ, ਡੇਲੀ ਪੀਣ ਦੀ ਵੀ ਹੌਬੀ ਦਿਲੋਂ ਕੱਢ ਦਿਓ ਜੀ, ਉਹ ਦੱਸ ਤੇਰਾ ਕੀ ਹੈ ਮੇਲ ਸਾਡੇ ਨਿੱਤ ਦੇ ਸ਼ਰਾਬੀਆਂ ਨਾਲ, ਇੱਕ ਦੋ ਦਿਨਾਂ ਦਾ ਪਾਉਂਦੇ ਗੈਪ ਕੋਰੀਏ, ਨੂਰ ਤੇ ਉਤਰੇ ਹੁਣ ਹੈ ਜਾਣ ਲੱਗੇ ਆਏ ਸੋਹਣੇ ਸੋਹਣੇ ਸਾਰੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਇਆ ਦਾ ਕਦੋਂ ਦਾ ਹੋਇਆ ਤੁਸੀਂ ਹੁਣ ਬੁਲਾਏ? ਓਹੋ ਪਹਿਲਾਂ ਦੇਖ, ਪਹਿਲਾਂ ਆਪਾਂ ਲੁਕੇ ਸੀਗੇ? ਨਾ ਨਾ ਤੁਸੀਂ ਦੇਖਿਆ ਨਹੀਂ ਹੈਗਾ, ਮੈਨੂੰ ਲੱਗਦਾ ਜ਼ਿਆਦਾ ਕੁੜੀਆਂ 'ਚ ਰਹਿੰਦੇ ਹੋ ਵੀ ਰੰਗ ਜਿਹਾ ਉਹ ਪੈਂਦਾ ਰਹੇ। ਕੁੜਤਾ ਮੈਂ ਬਹੁਤ ਸੋਹਣਾ, ਧੰਨਵਾਦ। ਕਿੱਥੋਂ ਸਵਾਇਆ ਜੀ? ਮੈਂ ਵੀਰਪਾਲ ਟੇਲਰ ਤੋਂ, ਲੁਧਿਆਣੀ ਹੈ ਜੀ। ਓਕੇ ਓਕੇ ਓਕੇ, ਠੀਕ ਹੈ। ਵੀਰਪਾਲ ਕਿੱਦਾਂ, ਲੇਡੀ ਹੈ ਕਿ ਮੇਲ? ਨਹੀਂ ਨਹੀਂ ਮੇਲ ਹੀ ਆ, GNE ਕਾਲਜ ਦੇ ਸਾਹਮਣੇ ਹੀ ਹੈ ਜੀ। ਓਕੇ ਜੀ ਓਕੇ। ਤੇ ਸ਼ੌਂਕ ਜੀ? ਸ਼ੌਂਕ ਸਵੀਮਿੰਗ ਕਰ ਲੈਂਦੇ ਆ, ਗਿਟਾਰ ਵੀ ਵਜਾ ਲੈਂਦੇ ਆ। ਗਿਟਾਰ ਲੈ ਕੇ ਨਹੀਂ ਆਏ? ਨਹੀਂ ਯਾਰ, ਗਾਣਾ ਗਾ ਲਾਂਗੇ ਆਪਾਂ। ਗਾਣਾ ਸੁਣਾਓ। ਉਹ ਕੀ ਹੈ ਗੁੱਚੀ ਅਰਮਾਨੀ ਪਿੱਛੇ ਰੋਲਤੀ ਜਵਾਨੀ, ਚੈੱਕ ਕਰਦੀ ਬ੍ਰਾਂਡਾਂ ਵਾਲੇ ਟੈਗ ਨੀ, ਆ ਜਾ ਦੱਸਾਂ ਤੈਨੂੰ ਸੋਹਣੀਏ ਨੀ, ਫੈਸ਼ਨ ਕੀ ਹੁੰਦਾ ਤੇਰੇ ਯਾਰ ਦਾ ਤਾਂ ਵੱਖਰਾ ਸਵੈਗ ਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਜੀ? ਲਵਪ੍ਰੀਤ ਸਿੰਘ ਜੀ। ਲਵਪ੍ਰੀਤ, ਬਹੁਤ ਸੋਹਣਾ ਹੈ ਨਾ ਇਸ ਆਇਆ ਜੀ, ਬਹੁਤ ਵਧੀਆ। ਥੈਂਕ ਯੂ। ਜੱਜ ਦਾ? ਥੈਂਕ ਯੂ। ਹੋਰ ਸ਼ੌਂਕ ਜੀ? ਸ਼ੌਂਕ ਬਸ ਵੀਰੇ ਖੇਡਣਾ, ਯਾਰਾਂ ਦੋਸਤਾਂ ਨਾਲ ਰਹਿਣਾ। ਓਕੇ ਜੀ ਓਕੇ। ਬਹੁਤ ਕਰੋ, ਤੁਹਾਨੂੰ ਇੱਕ ਕੁੜੀ ਪਸੰਦ ਆ ਗਈ, ਮੈਂ ਉਹ ਕੁੜੀ ਦਾ ਡੈਡੀ, ਮਤਲਬ ਤੁਹਾਡਾ ਕੀ ਸਹੁਰਾ ਹੋ ਗਿਆ? ਹਾਂ ਮੈਂ ਹੋ ਗਿਆ ਤੁਹਾਡਾ ਸਹੁਰਾ ਸਾਹਿਬ। ਕੁੜੀ ਨੇ ਕਿਹਾ ਵੀ ਮੈਂ ਤਾਂ ਤਿਆਰ ਹਾਂ, ਸਹੁਰਾ ਸਾਹਿਬ ਨੂੰ ਮਨਾ ਲਓ ਆਪਣੇ ਨੂੰ। ਅਖਬਾਰ ਪੜ੍ਹ ਰਿਹਾ ਨਾ ਤੁਹਾਡਾ ਸਹੁਰਾ। ਆਓ ਮਾੜੇ ਮਾਈਕ ਤਾਂ ਰੱਖਿਓ,
ਡੈਡੀ ਸਤਿ ਸ਼੍ਰੀ ਅਕਾਲ ਜੀ ਹੈ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਕੀ ਬੋਲਿਆ ਸੀ ਸਤਿ ਸ਼੍ਰੀ ਅਕਾਲ ਡੈਡੀ ਬੋਲਿਆ ਸੀ ਮੈਂ ਕਿਹਾ ਸਤਿ ਸ਼੍ਰੀ ਅਕਾਲ ਕੁੜੀਆਂ ਦਾ ਦੋ ਹੀ ਜੰਮੀਆਂ ਇਹ ਕਿੱਧਰੋਂ ਆ ਗਿਆ ਦੇਖੋ ਜੀ ਆਪਾਂ ਨੂੰ ਸਿੱਧੀ ਜੀ ਗੱਲ ਆ ਆਪਾਂ ਨੂੰ ਇੱਕੋ ਹੀ ਗੱਲ ਆ ਠੀਕ ਹੈ ਕਰਨੀ ਆ ਜੀ ਸਿੱਧੀ ਜੀ ਗੱਲ ਕਰਦੇ ਆ ਬੋਲੋ ਬੇਟਾ ਕੀ ਗੱਲ ਕਰਨੀ ਕੋਈ ਇਹੋ ਜਿਹੀ ਗੱਲ ਤਾਂ ਨਹੀਂ ਜੇ ਤੋਂ ਡਰ ਲੱਗ ਰਿਹਾ ਉਹੀ ਗੱਲ ਆ ਜੀ ਇੱਕ ਮਿੰਟ ਮੋਂਟੇ ਗੰਨ ਭਰ ਬੇਟੇ ਹਾਂਜੀ ਕਰੋ ਗੱਲ ਡਰ ਜਿਹਾ ਵੀ ਲੱਗਦਾ ਜੀ ਗੋਲੀ ਗਾਲੀ ਨਾ ਮਾਰ ਦੇ ਮੋਂਟੇ ਆ ਜਾਓ ਥੱਲੇ ਰਾਜੇ ਹਾਂਜੀ ਆਪਣੀ ਕੁੜੀ ਘਰੇ ਆ ਜੀ ਉਹਨੂੰ ਵੀ ਬੁਲਾ ਲੈਣਾ ਸੀ ਨਾਲ ਕੁੜੀ ਘਰੇ ਆ ਨਾਲ ਉਹਨੂੰ ਵੀ ਬੁਲਾ ਲੈ ਸਭ ਤੋਂ ਪਹਿਲਾਂ ਤੁਹਾਨੂੰ ਵਧਾਈਆਂ ਤੁਹਾਡੀ ਸਾਰੀ ਟੀਮ ਨੂੰ ਵਧਾਈਆਂ ਬਹੁਤ ਸੁਪਰ ਡੁਪਰ ਹਿੱਟ ਆ ਤੁਹਾਡਾ ਸ਼ੋਅ ਅਸੀਂ ਤੁਹਾਡੇ ਬਹੁਤ ਵੱਡੇ ਫੈਨ ਆ ਥੈਂਕ ਯੂ ਸੋ ਮਚ ਜੀ ਥੈਂਕ ਯੂ ਸੋ ਮਚ ਸਭ ਤੁਹਾਡੇ ਕਰਕੇ ਤੁਹਾਡੇ ਪਿਆਰ ਕਰਕੇ ਕੀ ਸੁਣਾਓਗੇ ਜੀ ਵੀਰੇ ਗਵਾਂਢੀਆਂ ਦੇ ਮੁੰਡੇ ਬਾਰੇ ਕੁੜੀ ਕਹਿੰਦੀ ਆ ਅੱਛਾ ਗਵਾਂਢੀਆਂ ਦੇ ਮੁੰਡੇ ਬਾਰੇ ਕੁੜੀ ਕੀ ਕਹਿੰਦੀ ਆ ਹਾੜਾ ਹਾੜਾ ਨਹੀਂ ਗਵਾਂਢੀਆਂ ਦਾ ਛੋਕਰਾ ਉੱਤੋਂ ਚੰਗਾ ਪਰ ਦਿਲੋਂ ਬੜਾ ਖੋਟੜਾ ਹਾੜਾ ਹਾੜਾ ਨਹੀਂ ਗਵਾਂਢੀਆਂ ਦਾ ਛੋਕਰਾ ਉੱਤੋਂ ਚੰਗਾ ਪਰ ਦਿਲੋਂ ਬੜਾ ਖੋਟੜਾ ਮੇਰੇ ਵੱਲੋਂ ਨਾ ਕਰ ਮੇਰੀ ਗਵਾਂਢਣ ਆ ਕੇ ਮੇਰੇ ਨਾਲ ਕੰਮ ਵੀ ਕਰਾਉਂਦਾ ਏ ਆਖਾਂ ਇੱਕ ਵਾਰੀ 10 ਵਾਰੀ ਆਉਂਦਾ ਏ ਆ ਕੇ ਮੇਰੇ ਨਾਲ ਕੰਮ ਵੀ ਕਰਾਉਂਦਾ ਏ ਆਖਾਂ ਇੱਕ ਵਾਰੀ 10 ਵਾਰੀ ਆਉਂਦਾ ਏ ਉਹ ਕੜਾ ਪਾਣੀ ਦਾ ਚਕਾਵੇ ਕਦੇ ਟੋਕਰਾ ਹਾੜਾ ਹਾੜਾ ਨਹੀਂ ਗਵਾਂਢੀਆਂ ਦਾ ਛੋਕਰਾ ਹਾਏ ਹਾਏ ਨਹੀਂ ਗਵਾਂਢੀਆਂ ਦਾ ਛੋਕਰਾ ਉੱਤੋਂ ਚੰਗਾ ਪਰ ਦਿਲੋਂ ਬੜਾ ਖੋਟੜਾ ਬਹੁਤ ਵਧੀਆ ਥੈਂਕ ਯੂ ਸੋ ਮਚ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਰਾਹੁਲ ਵਰਮਾ ਜੀ ਰਾਹੁਲ ਵਰਮਾ ਕੀ ਸੁਣਾਓਗੇ ਜੀ ਸੌਂਗ ਸੁਣਾਓਗੇ ਹਾਂਜੀ ਆਓ ਆਓ ਨਸ਼ਾ ਨੈਣਾ ਚੋਂ ਲੋਹੜਿਆਂ ਦਾ ਚੱਖ ਲਈਏ ਸਾਨੂੰ ਹੁਣ ਸ਼ਰਾਬ ਦੀ ਲੋੜ ਨਹੀਂ ਜਾਨ ਲੈਣ ਲਈ ਸਜਣਾ ਦੀ ਅਦਾ ਕਾਫੀ ਸਾਨੂੰ ਤੇਜ਼ ਤਲਵਾਰ ਦੀ ਲੋੜ ਨਹੀਂ ਕੋਲੋਂ ਜਦੋਂ ਲੰਘਦੀਆਂ ਨੇ ਜਿੰਦ ਜ਼ੂਲੀ ਟੰਗਦੀਆਂ ਨੇ ਕੋਲੋਂ ਜਦੋਂ ਲੰਘਦੀਆਂ ਨੇ ਹੀਰ ਜਿਹੀਆਂ ਕੁੜੀਆਂ ਯਾਰੋ ਫਿਰ ਇਸ਼ਕ ਜਗਾਉਂਦੀਆਂ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੀ ਨਾਲ ਹੀ ਆਏ ਜੀ ਸਤਿ ਸ਼੍ਰੀ ਅਕਾਲ ਤੁਸੀਂ ਵੀ ਨਾਲ ਹੀ ਜੀ ਥੋੜਾ ਜਿਹਾ ਗੈਪ ਦੋ ਨਾ ਕਲਾਕਾਰ ਅੱਗੇ ਆਏ ਹੋਰ ਜੀ ਕੀ ਹਾਲ ਚਾਲ ਵਧੀਆ ਜੀ ਵਧੀਆ ਜੀ ਵਧੀਆ ਮੇਰੀ ਫੈਮਿਲੀ ਤੁਹਾਡੀ ਬਹੁਤ ਵੱਡੀ ਫੈਨ ਆ ਥੈਂਕ ਯੂ ਜੀ ਥੈਂਕ ਯੂ ਮੈਨੂੰ ਇਹੀ ਬਹੁਤ ਖੁਸ਼ੀ ਆ ਵੀ ਪਰਿਵਾਰ ਤੋਂ ਦੇਖ ਲੱਗੇ ਸ਼ੋ ਹਰ ਇੱਕ ਸ਼ੋ ਤੁਹਾਡਾ ਦੇਖਦੇ ਆ ਅਸੀਂ ਓਕੇ ਜੀ ਕੌਣ ਕੌਣ ਦੇਖਦੇ ਕਿਵੇਂ ਮੈਨੂੰ ਨਹੀਂ ਦਾਦਾ ਦਾਦੀ ਦਾਦਾ ਅੱਛਾ ਹਾਂਜੀ ਸਾਰੀ ਪੂਰੀ ਫੈਮਿਲੀ ਦੇਖਦੀ ਆ ਦਾਦਾ ਜੀ ਦਾਦੀ ਹਾਂਜੀ ਦਾਦੀ ਦਾਦੀ ਦਾਦਾ ਹੀ ਕਹਿੰਦੇ ਨੇ ਆ ਬਣੀਆਂ ਚਬਲਾ ਮਾਰਦਾ ਮੰਮੀ ਪਾਪਾ ਮੈਂ ਮੇਰਾ ਬ੍ਰਦਰ ਮੇਰੀ ਸਿਸਟਰ ਚਾਚਾ ਜੀ ਚਾਚੀ ਜੀ ਉਹਨਾਂ ਦਾ ਬੇਟਾ ਤਾਇਆ ਜੀ ਉਹਨਾਂ ਦੀ ਬੇਟੀ ਬੇਟਾ ਟੀਵੀ ਇੱਕ ਹੋਰ ਵੀ ਲੈ ਲਓ ਵੱਡਾ ਟੀਵੀ ਆ ਅੱਛਾ ਵੱਡਾ ਲਵਾ ਰਹੇ ਹਾਂਜੀ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਜੀ ਤੁਸੀਂ ਕਿੱਥੋਂ ਜੀ ਮੈਂ ਪਮਾਲ ਤੋਂ ਬਿਲੋਂਗ ਕਰਦੀ ਹਾਂ ਓਕੇ ਜੀ ਓਕੇ ਤੁਹਾਡੇ ਸ਼ੌਂਕ ਜੀ ਮੇਰੇ ਡਾਂਸਿੰਗ ਤੇ ਗਿੱਧਾ ਪਾਉਣਾ ਓਕੇ ਜੀ ਓਕੇ ਜੀ ਓਕੇ ਤੇ ਹੁਣ ਕੀ ਸੁਣਾਓਗੇ ਜੀ ਗਿੱਧਾ ਪਾਉਂਗੇ ਬੋਲੀਆਂ ਸੁਣਾਉਂਗੇ ਬੋਲੀਆਂ ਜੀ ਪੱਗ ਦੀ ਨਦੀ ਦੇ ਵਿੱਚ ਖੋਪੇ ਦੀਆਂ ਤੇਰਾ ਹਟੇ
ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ ਤੁਹਾਡੇ ਆਪਣੇ ਫੇਵਰੇਟ ਸ਼ੋਅ ਕੰਟੀਨੀ ਮੰਡੀਰ ਦੇ ਵਿੱਚ। ਪੂਰੀਆਂ ਰੌਣਕਾਂ ਲੱਗੀਆਂ ਜੀ, ਬਾਹਰ ਵਾਲਿਆਂ ਨਾਲ ਵੀ ਥੋੜ੍ਹੀ ਮੁਲਾਕਾਤ ਕਰਵਾਈ। ਦੇਖੋ ਬਸ ਜੀ, ਮਤਲਬ ਕਿ ਬਾਹਰ ਵੀ ਸਾਡਾ ਸ਼ੋਅ ਕਾਫੀ ਪ੍ਰਚਲਿਤ ਹੋ ਰਿਹਾ, ਪ੍ਰਫੁੱਲਤ ਵੀ ਹੋ ਰਿਹਾ। ਸੋ ਹੁਣ ਅਸੀਂ ਹੈਗੇ ਹਾਂ ਜੀ ਬੀਐਡ ਵਾਲੇ ਪਾਸੇ, ਅਤੇ ਇੱਥੋਂ ਦੇ ਸੀਨੀਅਰ ਮੋਸਟ ਮੈਡਮ ਜਿਹੜੇ ਕਿ ਆਫੀਸ਼ੀਏਟਿੰਗ ਪ੍ਰਿੰਸੀਪਲ ਵੀ ਹੈਗੇ ਨੇ, ਉਹਨਾਂ ਨਾਲ ਆਪਾਂ ਕਰਦੇ ਹਾਂ ਜੀ ਗੱਲਬਾਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਸ਼ੁਭ ਨਾਮ ਜੀ ਮੈਮ? ਕਿਰਨ ਵਾਲੀਆ। ਕਿਰਨ ਵਾਲੀਆ ਜੀ ਮੈਮ, ਵੈਸੇ ਤੁਹਾਡਾ ਸਬਜੈਕਟ ਕਿਹੜਾ ਜੀ? ਮੇਰਾ ਸਬਜੈਕਟ ਸੋਸ਼ਲ ਸਾਇੰਸਿਸ ਹੈ। ਸੋਸ਼ਲ ਔਰ ਨਾਲ ਸਾਈਕੋਲੋਜੀ ਵੀ ਲੈਣੀ ਆ। ਓਕੇ ਜੀ ਠੀਕ ਹੈ ਠੀਕ ਹੈ। ਅਤੇ ਆਫੀਸ਼ੀਏਟਿੰਗ ਪ੍ਰਿੰਸੀਪਲ ਜਿਹੜਾ ਚਾਰਜ ਸੀਗਾ ਜੀ, ਕਦੋਂ ਤੋਂ ਸਾਂਭੇ ਤੁਸੀਂ? ਐਕਚੁਲੀ ਪ੍ਰਿੰਸੀਪਲ ਮੈਡਮ ਹੈ ਸਾਡੇ ਕਾਲਜ ਵਿੱਚ, ਬਟ ਉਹ ਛੁੱਟੀ ਤੇ ਗਏ ਹੋਏ ਹੈ। ਠੀਕ ਹੈ ਜੀ। ਤਾਂ ਇਸ ਲਈ ਅੱਜ ਕੱਲ ਬਿਲਕੁਲ ਹਨਾ ਜੀ। ਤੇ ਕਿੰਨਾ ਚਿਰ ਹੋ ਗਿਆ ਜੀ ਆਫੀਸ਼ੀਏਟਿੰਗ ਪ੍ਰਿੰਸੀਪਲ ਦੀ ਇਹ ਚਾਰਜ? ਹਾਂ ਜੀ, ਇਹ 4 ਦਿਨ ਲਈ ਮੈਡਮ। ਓਕੇ ਜੀ। ਜਿਵੇਂ ਗਏ ਹੋਏ ਹੈ। ਅੱਛਾ, 4 ਦਿਨ ਵਾਸਤੇ ਤੁਸੀਂ ਆਫਿਸ? ਅੱਛਾ, ਕਿੰਨਾ ਔਖਾ ਲੱਗਦਾ ਜੀ? ਕੋਈ ਐਸਾ ਚੌਖਾ ਨਹੀਂ ਹੈ। ਅੱਛਾ ਜੀ, ਓਕੇ ਜੀ। ਚਲੋ ਇਹ ਹੈ ਵੀ ਅੱਗੇ ਤੁਸੀਂ ਜੇ ਬਣਨਾ ਹੋਵੇ ਪ੍ਰਿੰਸੀਪਲ, ਨਾਲ ਨਾਲ ਪ੍ਰੈਕਟਿਸ ਹੀ ਹੋ ਜਾਂਦੀ ਹੈ। ਹਾਂ ਬਿਲਕੁਲ ਬਿਲਕੁਲ, ਡੈਫੀਨਿਟਲੀ। ਕਿਹਾ ਕਰੋ ਮੈਡਮ ਨੂੰ, ਜਦੋਂ ਫਿਰ ਪ੍ਰੈਕਟਿਸ ਕਰਨ ਦਾ ਜੀ ਕਰੇ ਫਿਰ ਮੈਡਮ ਨੂੰ ਕਹਿ ਦਿਓ ਵੀ ਮੈਡਮ ਜੀ 4 ਦਿਨ ਦੀ ਛੁੱਟੀ ਲੈ ਲਓ ਮੈਂ। ਓਕੇ, ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਯੂਥ ਬਹੁਤ ਜੁੜਿਆ ਹੋਇਆ ਸ਼ੋਅ ਦੇ ਨਾਲ, ਵੀ ਵੱਡੇ ਵੀ ਜੁੜੇ ਹੋਏ ਨੇ, ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ? ਯੂਥ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਆਪਣੀ ਪੜ੍ਹਾਈ ਵੱਲ ਧਿਆਨ ਦਿਓ। ਹਾਂਜੀ, ਪੜ੍ਹਾਈ ਤੋਂ ਬਿਨਾਂ ਤੁਸੀਂ ਕੁਛ ਨਹੀਂ ਹੋ। ਪੜ੍ਹੋਗੇ ਤਾਂ ਹੀ ਕੁਛ ਬਣੋਗੇ, ਔਰ ਨਸ਼ਿਆਂ ਨੂੰ ਛੱਡ ਦਿਓ। ਬਿਲਕੁਲ ਜੀ, ਪੜ੍ਹਨਗੇ ਤਾਂ ਹੀ ਵਿਆਹ ਵੀ ਹੋਊਗਾ ਜੀ, ਤਾਂ ਹੀ ਚੰਗੀ ਕੁੜੀ ਮਿਲੂਗੀ। ਇਹ 2 ਵਾਰ ਕਹਿ ਦੋ ਜੀ ਖਬਰੇ, ਕੋਈ ਪੜ੍ਹੀ ਜਾਵੇ। ਜਦੋਂ ਪਹਿਲਾ ਦਿਨ ਸੀਗਾ ਤੁਹਾਨੂੰ ਯਾਦ ਹੈ ਜੀ? ਅੱਜ ਵੀ ਬਿਲਕੁਲ ਯਾਦ ਹੈ। ਪਹਿਲੇ ਦਿਨ ਘਬਰਾਹਟ ਸੀਗੀ ਕਿਵੇਂ ਸੀ? ਬਿਲਕੁਲ ਨਹੀਂ ਸੀ, ਬਿਲਕੁਲ ਨਹੀਂ ਸੀ। ਚੱਕ ਦਿਆਂਗੇ ਫਿਰ ਕੀ ਬਣਾਉਣੀ ਹੈ, ਐਸਾ ਥਾ ਜੀ? ਹਾਂ ਜੀ, ਐਸਾ ਥਾ। ਓਕੇ ਜੀ, ਤੁਸੀਂ ਵੀ ਕੰਫੀਡੈਂਟ ਸੀ? ਕੰਫੀਡੈਂਟ ਸੀ, ਔਰ ਉਹ ਅੱਜ ਵੀ ਹੈ ਕੰਫੀਡੈਂਟ। ਓਕੇ ਜੀ ਠੀਕ ਹੈ, ਬਹੁਤ ਵਧੀਆ, ਥੈਂਕ ਯੂ ਸੋ ਮਚ ਜੀ, ਵਧੀਆ ਲੱਗਿਆ ਜੀ ਗੱਲ ਕਰਕੇ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ? ਬਹੁਤ ਵਧੀਆ, ਤੁਸੀਂ ਸੁਣਾਓ? ਮੈਂ ਚੜ੍ਹਦੀ ਕਲਾ, ਸ਼ੁਕਰ ਹੈ ਜੀ ਕਿਸੇ ਨੇ ਪੁੱਛਿਆ, ਨਹੀਂ ਤਾਂ ਇਹ ਨਹੀਂ ਜੀ। ਤੇ ਮੇਰਾ ਨਾਮ ਪਾਇਲ ਬੇਰੀ ਹੈ। ਅੱਛਾ ਜੀ, ਤੇ ਮੈਂ ਇੱਥੇ ਟੀਚਿੰਗ ਆਫ ਕੰਪਿਊਟਰ ਸਾਇੰਸ ਪੜ੍ਹਾਉਣੀ ਹਾਂ। ਠੀਕ ਹੈ ਜੀ, ਮੈਂ ਸੋਚਿਆ ਵੀ ਹੁਣ ਪੁੱਛਣ ਦਾ ਦੇਣਾ ਨਹੀਂ, ਮੈਂ ਦਾਦੀ ਦੱਸ ਦਿੰਦੀ। ਤੁਸੀਂ ਸੇਮ ਕੁਐਸਚਨਸ ਪੁੱਛ ਰਹੇ ਹੋ, ਇਸ ਲਈ ਮੈਂ ਤੁਹਾਨੂੰ ਪਤਾ ਹੈ ਵੀ ਇਹ ਚੀਜ਼ਾਂ ਪੁੱਛੂਗਾ ਪਹਿਲਾਂ ਹੀ ਦੱਸ ਦਿੰਦਾ। ਹਾਂਜੀ, ਪਹਿਲਾਂ ਤੇ ਤੁਸੀਂ ਆਪ ਕਿੱਥੋਂ ਪੜ੍ਹੇ ਹੋ ਜੀ? ਮੈਂ ਪੜ੍ਹੀ ਹੈ ਮਾਲਵਾ ਤੋਂ, ਮੈਂ ਐਮਐਡ ਕੀਤੀ ਹੈ ਮਾਲਵਾ ਜੀ, ਤੇ ਬੀਐਡ ਵੀ ਪਹਿਲਾਂ ਹੋਈ? ਨਹੀਂ, ਐਮਸੀਏ ਕੀਤੀ ਹੈ ਪੀਸੀਟੀ ਬੱਦੋਵਾਲ ਤੋਂ। ਕੀ ਕੁਝ ਕੀਤਾ ਤੁਸੀਂ? ਐਮਸੀਏ ਕੀਤੀ ਹੈ। ਐਮਸੀਏ ਵੀ ਕੀਤੀ ਹੈ ਜੀ? ਐਮਐਡ ਕੀਤੀ ਹੈ। ਹਾਂਜੀ, ਤੇ ਨੈਟ ਕਲੀਅਰ ਕੀਤਾ ਹੋਇਆ ਐਜੂਕੇਸ਼ਨ। ਨੈਟ ਥੋੜਾ ਕਲੀਅਰ ਹੈ ਜੀ? ਬਹੁਤ ਔਖਾ ਹੈ। ਥੋੜਾ ਕਲੀਅਰ ਹੈ? ਸਭ ਦਾ ਕਲੀਅਰ ਹੈ, ਸਭ ਦਾ। ਹਾਂ, ਸਾਨੂੰ ਨਾ ਮਿਲੇ। ਤੁਸੀਂ ਗਾਉਣ ਦਾ ਸ਼ੌਂਕ? ਕੋਈ ਪੜਾਉਣ ਦਾ ਹੀ ਸ਼ੌਂਕ ਹੈ ਬਸ। ਕੋਈ ਥੋੜਾ ਬਹੁਤ, ਚਲੋ ਜਿੱਦਾਂ ਹੁਣ ਤੁਸੀਂ ਪਾਰਟੀ ਤੇ ਗਏ ਜੀ ਕਿਤੇ, ਉਹਨਾਂ ਨੇ ਹਨਾ ਲੇਡੀਜ਼ ਗੈਟ ਟੁਗੇਦਰ ਹੋਈ, ਕਿੱਟੀ ਪਾਰਟੀ ਜਾਂਦੇ ਹੋ ਉਹਨਾਂ? ਨਹੀਂ। ਅੱਛਾ, ਕਿੱਟੀ ਨਹੀਂ ਜਾਂਦੇ ਜੀ ਤੁਸੀਂ ਜੀ? ਮੈਡਮ ਜੀ ਨਹੀਂ ਨਹੀਂ, ਟਾਈਮ ਨਹੀਂ ਹੁੰਦਾ। ਠੀਕ ਹੈ ਜੀ ਮੈਡਮ ਜੀ, ਮੈਂ ਮੰਨ ਗਿਆ। ਮੈਡਮ ਕਹਿ ਰਹੇ ਬਹੁਤਾ ਨਾ ਪੁੱਛ, ਤੁਹਾਨੂੰ ਦੱਸਦਾ ਹਾਂ ਵੀ ਟਾਈਮ ਨਹੀਂ। ਕੋਈ 2 ਕੁ ਲਾਈਨਾਂ ਜੀ? ਬੱਚੋ ਕੋ ਕਲਾਸ ਮੇ ਸੁਣਾ ਦਿੱਤੇ ਹੈ ਕਦੀ ਕਦੀ। ਅਸੀਂ ਬੱਚੇ ਹਾਂ ਜੀ ਤੁਹਾਡੇ ਜੀ। ਧੀਰੇ ਧੀਰੇ ਸੇ ਮੇਰੀ ਜ਼ਿੰਦਗੀ ਮੇ ਆਨਾ, ਧੀਰੇ ਧੀਰੇ ਸੇ ਦਿਲ ਕੋ ਚੁਰਾਨਾ, ਤੁਮਸੇ ਪਿਆਰ ਹਮੇ ਹੈ ਕਿਤਨਾ ਜਾਣੇ ਜਾਣਾ, ਤੁਮਸੇ ਮਿਲਕਰ ਹਮਕੋ ਹੈ ਬਤਾਨਾ। ਬਹੁਤ ਵਧੀਆ, ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹੋਰ ਕੀ ਹਾਲ ਚਾਲ ਜੀ? ਠੀਕ ਹੈ ਜੀ, ਬਿਲਕੁਲ। ਤੁਸੀਂ ਕੀ? ਠੀਕ ਹੈ। ਹਾਂਜੀ ਹਾਂਜੀ, ਠੀਕ ਹੈ ਜੀ, ਠੀਕ ਹੈ। ਤੁਸੀਂ ਕੀ ਪੜ੍ਹਾਉਂਦੇ? ਬਸ ਯੂ, ਠੀਕ ਹੀ ਰਹੀਏ। ਥੈਂਕ ਯੂ ਸੋ ਮਚ ਜੀ, ਠੀਕ ਰਹੂੰਗਾ ਜੀ ਮੈਂ ਜੀ। ਕੀ ਪੜ੍ਹਾਉਂਦੇ ਹੋ ਜੀ ਇੱਥੇ? ਮੈਂ ਫਾਈਨ ਆਰਟਸ ਔਰ ਹਿੰਦੀ। ਓਕੇ ਜੀ ਹਿੰਦੀ 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 ਸਿਹਾਰੀ ਐਂਡ ਬਿਹਾਰੀ? ਨਹੀਂ, ਛੋਟੀ ਕੀ ਸਿਹਾਰੀ ਐਂਡ ਬਿਹਾਰੀ ਇਜ਼ ਇਨ ਪੰਜਾਬੀ। ਇਨ ਪੰਜਾਬੀ ਛੋਟੀ ਕੀ ਮਾਤਰਾ ਔਰ ਬੜੀ? ਔਰ ਬੜੀ ਕੀ ਮਾਤਰਾ? ਹਾਂਜੀ ਹਾਂਜੀ, ਕਹੀਂ ਬਿੰਦੀ ਕਹੀਂ ਊ। ਅੱਜ ਕੱਲ ਬਿੰਦੀ ਗਾਇਬ ਹੋਤੀ ਜਾ ਰਹੀ ਹੈ, ਬਹੁਤ ਸੇ ਸਟੂਡੈਂਟਸ ਕੋ ਮੈਂ ਇਹ ਵੀ ਮੈਸੇਜ ਦੇਣਾ ਚਾਹੂੰਗੀ। ਮੈਸੇਜ ਤੋਂ ਆਪ 2 ਬਿੰਦੀ ਗਾਇਬ ਹੋ ਰਹੀ ਹੈ, ਆਪ ਖੁਦ ਬਿੰਦੀ ਨਹੀਂ ਦੇਖੋ ਗਾਇਬ ਕੀ ਹੋਈ, ਆਪਣੇ ਟਿੱਕਾ ਲਗਾਇਆ ਹੈ ਕਿ ਨਹੀਂ? ਹਾਂਜੀ ਹਾਂਜੀ, ਆਪਣੀ ਵੀ ਬਿੰਦੀ ਗਾਇਬ ਕੀ ਹੈ? ਨਹੀਂ, ਉਹ ਬਿੰਦੀ ਹੈ। ਅੱਛਾ ਹੈ, ਅੱਛਾ ਐਸੀ ਬਿੰਦੀ ਹੈ ਜੋ ਲੱਗੀ ਵੀ ਹੈ ਔਰ ਦਿਖ ਵੀ ਨਹੀਂ ਰਹੀ। ਬਿੰਦੀ ਹੋ ਤਾਂ ਵੈਸੀ ਬਿੰਦੀ ਨਾ, ਡਿਫਰੈਂਟ ਵੇ। ਹਾਂਜੀ, ਜਿਵੇਂ ਬਿੰਦੀ ਦੇ ਵਿੱਚ ਕਈ ਵਾਰ ਤੁਸੀਂ ਨੰਬਰ ਕੱਟ ਦਿੰਦੇ ਹੋ, ਮੈਂ ਤੁਹਾਨੂੰ ਕਹਿਣਾ ਵੀ ਬਿੰਦੀ ਐ ਪਾਓ, ਪਤਾ ਵੀ ਨਹੀਂ ਲੱਗੇ ਵੀ ਹੈ ਕਿ ਨਹੀਂ ਹੈ। ਜੇ ਤਾਂ ਹੋਈ ਫਿਰ ਕਹੋ ਵੀ ਬਸ ਹੈਗੀ ਹੈ, ਜੇ ਕਹੋ ਨਹੀਂ 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 ਨਹੀਂ। ਬਹੁਤ ਵਧੀਆ ਜੀ, ਤੇ ਰਾਸ਼ਟਰੀ ਭਾਸ਼ਾ ਹਮਾਰੀ, ਬਿਲਕੁਲ ਹੈ ਨਾ ਜੀ। ਇੱਕ ਪੰਜਾਬੀ ਬੰਦਾ ਜਦੋਂ ਹਿੰਦੀ ਬੋਲਦਾ ਜੀ,
आपका नाम क्या है? मेरा नाम रवनीत है। बिल्कुल ठीक बोला आपने हिंदी में। आप किस क्लास में पढ़ते हैं? अपना बी एड हो गया अपना। आपने किस क्लास में एडमिशन लेनी है? इसी में, इसी क्लास। इस क्लास का नाम क्या है? इस क्लास का नाम है जी बी एड। बी एड में आप क्यों आए हैं? आपका एम क्या था बी एड में आने के लिए? एम नहीं जी, लक्ष्य। मैंने कहा शायद लक्ष्य को आप समझ ना पाए, इसलिए मैं इसको ट्रांसलेट कर दूँ। थैंक यू सो मच। बच्चे तुम भी अंग्रेजी चला गए जी। सत श्री अकाल जी। सत श्री अकाल जी, की हाल है? बहुत वधिया जी। थोड़ा शुभ नाम जी? मेरा शुभ, मेरे ब्रदर का नाम है। अच्छा, मेरा हरमन। मेरे ब्रदर नाम ही शुभ है जी। हां जी, हां जी, हरमनप्रीत कौर ढिल्लों। ओके जी, ओके जी। ते तुसी केड़ा सब्जेक्ट थे पढ़ाउने हो जी? कंप्यूटर साइंस पढ़ाउनी है जी। कंप्यूटर साइंस, थोड़ा एम यही सीगा जी? हां जी, मेरा यही सीगा। ओके, वी टीचिंग वाले पासे जाने? हां जी, जवाक कुटने ने। जवाक पढ़ाउने ने? पढ़ाउने। हां जी, हां जी, हां जी। कुटने ने होली बोल के जवाक कुटने हां। मैं पूछिया कौन जवाक जी, मैं की बोल गए मैडम? जवाक पढ़ाउने हां। चल ठीक है, चलो ठीक है जी। गीत गाना सुना दे। हां जी, गाना सुना दे। वाह वाह मौज फकीरा तेरी शायद गुड़े तो मिठी आई जवानी हर कोई वेंदे जांदी किसे न डिठी की मणिया दे बंदिया तेरी आखर होने मिट्टी इश्क ने हर दम ताजे रहना पम दाड़ी हो जाए चिट्टी ओ वीर मेरे आ जुगनी कहिंदी है ओ नाम साई दा ओ नाम लादा लेंदी है। ਪਹਿਲਾ ਦਿਨ ਹੈ? ਪਹਿਲੇ ਦਿਨ ਕਾਪੀ ਨਹੀਂ ਨਾ ਕਿ ਆਈ ਦੀ? ਮੈਨੂੰ ਨਾ ਹੀ ਵੀਰਾ ਕਹਿੰਦਾ ਸੀਗਾ, ਮੇਰਾ ਨਾਲ ਦਾ ਵੀਰਾ ਵੀ ਉਹ ਵੀ ਪੜ੍ਹਦਾ ਜੀ। ਕੀ ਕਾਪੀ ਨਹੀਂ ਲੈ ਕੇ? ਨਹੀਂ 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 ਨਹੀਂ, ਉਹ ਕਹਿੰਦਾ ਸੀਗਾ ਵੀਰਾ ਬਈ ਮੈਨੂੰ ਘਬਰਾਹਟ ਹੋਈ ਜਾਂਦੀ ਹੈ ਜੀ ਮੈਡਮ। ਮੈਡਮ ਕੋਈ ਗੱਲ ਨਹੀਂ ਬੇਟਾ, ਕੋਈ ਗੱਲ ਨਹੀਂ, ਤੁਸੀਂ ਆਪਣੀ ਇੰਟਰੋਡਕਸ਼ਨ ਦਿਓ ਮੈਨੂੰ। ਹਾਂ, ਇਹੀ ਕਹਿੰਦਾ ਸੀਗਾ ਵੀਰਾ ਵੀ ਨਾ ਪਹਿਲੇ ਦਿਨ ਇੰਟਰੋਡਕਸ਼ਨ ਹੀ ਹੋਊਗੀ ਜੀ, ਸ਼ਬਦ ਨਹੀਂ ਆ ਰਿਹਾ ਸੀ ਇੰਗਲਿਸ਼ ਵਾਲਾ ਨਾ। ਠੀਕ ਹੈ, ਠੀਕ ਹੈ ਸਰ, ਤੁਸੀਂ ਆਪਣੀ ਇੰਟਰੋਡਕਸ਼ਨ ਦਿਓ ਮੈਨੂੰ। ਮੇਰਾ ਨਾਮ ਰਵਨੀਤ ਹੈ ਜੀ। ਠੀਕ ਹੈ ਜੀ, ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ? ਪਰਲੇ ਪਿੰਡ ਤੋਂ। ਬਸ ਪਰਲੇ ਪਿੰਡ? ਪਰਲੇ ਕਿੱਥੇ ਪਿੰਡ? ਪਿੰਡ ਕੁੱਚੀ ਖਾਂ ਜੀ। ਠੀਕ ਹੈ ਜੀ, ਤੁਸੀਂ ਪਲੱਸ ਟੂ ਕਿੱਥੋਂ ਕੀਤੀ ਹੈ? ਪਿੰਡ ਵਾਲੇ ਸਕੂਲ ਤੋਂ ਜੀ। ਪਿੰਡ ਵਾਲੇ ਸਕੂਲ ਦਾ ਨਾਮ ਕੀ ਸੀ? ਮਾਡਲ ਸਕੂਲ। ਠੀਕ ਹੈ ਜੀ, ਤੁਹਾਨੂੰ ਪਤਾ ਮੈਂ ਤੁਹਾਨੂੰ ਕੀ ਪੜ੍ਹਾਉਣੀ ਆ? ਨਹੀਂ, ਇਹ ਨਹੀਂ ਪਤਾ ਜੀ। ਮੈਂ ਤੁਹਾਨੂੰ C++ ਪੜ੍ਹਾਉਣੀ ਆ। ਮੇਰੇ ਮੂੰਹ ਮੂੰਹ ਜੀ ਰਹਿ ਗਿਆ ਜੀ ਮੇਰੇ ਤਾਂ। ਕਾਫੀ ਜਿਹਾ ਪਤਾ ਨਹੀਂ, ਇਹ ਪ੍ਰੋਗਰਾਮਿੰਗ ਲੈਂਗੁਏਜ ਹੁੰਦੀ ਹੈ। ਅੱਛਾ ਅੱਛਾ ਜੀ, ਠੀਕ ਹੈ ਠੀਕ ਹੈ ਜੀ। ਆਪਾਂ ਹੁਣ ਇਹਦੇ ਬਾਰੇ ਬੇਸਿਕ ਨੌਲੇਜ ਕਰਾਂਗੇ, ਠੀਕ ਹੈ? ਫਿਲਹਾਲ ਤੁਸੀਂ C++ ਦਾ ਬੇਸਿਕ ਕਨਸੈਪਟ ਹੈ ਕਿ ਜਿੰਨੇ ਵੀ ਆਪਣੇ ਤੁਸੀਂ ਕੈਲਕੂਲੇਟਰ ਯੂਜ਼ ਕਰਦੇ ਹੋ, ਮੋਬਾਈਲ ਦੇ ਵਿੱਚ ਕੈਲਕੂਲੇਟਰ ਹੈ ਨਾ, ਟ੍ਰਾਂਜਿਸਟਰ ਵੀ ਹੈਗਾ ਘਰੇ? ਠੀਕ ਹੈ ਜੀ, ਨਹੀਂ ਆਪਾਂ ਕੈਲਕੂਲੇਟਰ ਹੈ ਨਾ, ਉਹਦੇ 'ਚ ਜਿਹੜੀ ਪ੍ਰੋਗਰਾਮਿੰਗ ਕੀਤੀ ਹੁੰਦੀ ਹੈ ਉਹ ਆਪਾਂ C++ 'ਚ ਕਰਦੇ ਹਾਂ। ਠੀਕ ਹੈ ਜੀ, ਥੈਂਕ ਯੂ। ਇੰਨਾ ਕਿਸ ਗਿਆ ਜੀ? ਹਾਂਜੀ, ਬਹੁਤ ਇੰਨਾ ਕਿਸ। ਨਾਲੇ ਮਣਾ ਜੀ ਆਪਣਾ ਉਹ ਆਪਣਾ ਸੂਟ ਬਹੁਤ ਸੋਹਣਾ ਪਾਇਆ ਜੀ। ਥੈਂਕ ਯੂ ਜੀ। ਪਿੰਡ ਜੀ ਜਵਾਕ ਨਹੀਂ ਦੇਣਾ, ਵਧੀਆ ਲੱਗਦੇ ਨਾ, ਸਿੱਧੇ ਸਾਦੇ ਜੇ। ਖੜੋ ਜੀ, ਖੜੋ ਖੜੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਕੀ ਨਾਮ ਜੀ? ਕਵਲਜੀਤ ਸਿੰਘ ਜੀ। ਕਵਲਜੀਤ ਸਿੰਘ? ਕਵਲਜੀਤ ਸਿੰਘ। ਓਕੇ ਜੀ, ਓਕੇ। ਤੇ ਬਹੁਤ ਸੋਹਣੇ ਅੱਖਾਂ ਵੀ ਇਸ ਵਧੀਆ, ਨਾਲੇ ਡਰੈਸਿੰਗ ਸੈਂਸ ਬਹੁਤ ਸੋਹਣੀ ਹੈ। ਥੈਂਕ ਯੂ ਸਰ, ਸੇਮ ਟੂ ਯੂ। ਥੈਂਕ ਯੂ। ਨਹੀਂ, ਮੈਂ ਤਾਂ ਜੀ ਬਹੁਤ ਪਿੱਛੇ ਹਾਂ ਜੀ, ਸਿੱਖ ਹੀ ਰਹੀ, ਸਭ ਤੋਂ ਸਿੱਖਦਾ ਜੀ, ਜਿਹਨਾਂ ਦੇ ਕਾਲਜ ਜਾਣਾ ਉਹਨਾਂ ਤੋਂ ਵੀ ਸਿੱਖਦਾ। ਅਤੇ ਤੁਸੀਂ ਸਬਜੈਕਟ ਹੀ ਤੁਹਾਡਾ ਸਬਜੈਕਟ? ਮੇਰਾ ਸਬਜੈਕਟ ਹੀ, ਮੈਂ ਮਕੈਨੀਕਲ ਇੰਜੀਨੀਅਰਿੰਗ ਨੂੰ ਪੜ੍ਹਾਉਂਦਾ ਵਾ। ਓਕੇ ਜੀ, ਹਾਂਜੀ, ਆਪ ਵੀ ਮਕੈਨੀਕਲ ਜੀ? ਹਾਂਜੀ ਹਾਂਜੀ, ਬਿਲਕੁਲ ਸਰ। ਓਕੇ ਓਕੇ ਓਕੇ। ਮਕੈਨੀਕਲ ਵਾਲਿਆਂ ਦੀ ਜਿਹੜੀ ਕਲਾਸ ਹੁੰਦੀ ਹੈ ਜੀ, ਹਾਂਜੀ, ਕਹਿੰਦੇ ਕੁੜੀਆਂ ਦੀ ਜਿਹੜੀ ਪਾਪੂਲੇਸ਼ਨ ਹੁੰਦੀ ਉਹ ਘੱਟ ਹੁੰਦੀ? ਹਾਂਜੀ, ਪਾਪੂਲੇਸ਼ਨ ਨਹੀਂ ਕਹਿ ਸਕਦੇ, ਨੰਬਰ ਆਫ ਸਟੂਡੈਂਟਸ ਮਤਲਬ ਜਿਹੜੇ ਕੁੜੀਆਂ ਹੁੰਦੀਆਂ ਹੁੰਦੀਆਂ ਨਹੀਂ ਕਿ ਨਾ ਮਾਤਰ ਹੀ ਹੁੰਦੀਆਂ? ਨਾ ਮਾਤਰ, ਨਾ ਮਾਤਰ। ਜਿਹੜੀ ਵਿਚਾਰੀ ਇੱਕ ਵੀ ਆਉਂਦੀ ਉਹ ਵੀ 10 ਦਿਨ ਬਾਅਦ ਛੱਡ ਜਾਂਦੀ ਹੈ ਵੀ ਨਹੀਂ ਇਹ ਨਹੀਂ ਕਰੂੰਗੀ, ਹੈ ਨਾ ਜੀ? ਇਹ ਵੀ ਛੱਡ ਤਾਂ ਨਹੀਂ ਜਾਂਦੇ ਹੈਗੇ, ਮਤਲਬ ਥੋੜ੍ਹੇ ਟਾਈਮ ਬਾਅਦ ਉਹ ਸਰ ਕਹਿੰਦੇ ਵੀ ਛੱਡ ਤਾਂ ਨਹੀਂ ਜਾਂਦੀ, ਐਂ ਕਿੱਥੇ ਛੱਡਣ ਦਿੰਦੇ ਆ? ਅਸੀਂ ਮਕੈਨੀਕਲ 'ਚ ਜੇ ਇੱਕ ਕੁੜੀ ਹੋਵੇ ਉਹ ਵੀ ਛੱਡ ਜੇ ਤੁਹਾਡੀ ਕੁੱਟ ਪਈ ਹੈ ਪਹਿਲਾਂ ਦੀ? ਛੋਟੇ ਹੁੰਦੇ ਪੈਂਦੀ ਹੁੰਦੀ ਸੀ? ਹਾਂਜੀ, ਛੋਟੇ ਹੁੰਦੇ। ਕਿਹੜੀ ਕੁੱਟ ਯਾਦ ਹੈ ਜੀ, ਉਦੋਂ ਕੀ ਕੀਤਾ ਸੀਗਾ? ਜਾਂ ਫਿਰ ਇੱਕ ਵਾਰੀ ਦੀ ਗੱਲ ਆ ਵੀ ਮੈਨੂੰ ਪੰਜਵੀਂ 'ਚੋਂ ਮੈਂ ਮਤਲਬ ਵਧੀਆ ਮਾਰਕਸ ਆਏ ਸੀਗੇ ਮੇਰੇ। ਅੱਛਾ ਜੀ। ਅਤੇ ਮੈਨੂੰ ਉਹਨਾਂ ਨੇ ਵਾਚ ਲੈ ਕੇ ਦਿੱਤੀ ਸੀਗੀ, ਘੜੀ ਜੀ? ਹਾਂਜੀ, ਘੜੀ। ਅਤੇ
ਮੈਂ ਨਾਨਕੇ ਗਿਆ ਹੋਇਆ ਸੀਗਾ ਹਾਂਜੀ ਉੱਥੋਂ ਮੈਂ ਇੱਕ ਮਤਲਬ ਛੱਤ ਤੋਂ ਛਾਲ ਮਾਰੀ ਤੇ ਨੀਚੇ ਖੜੀ ਸੀ ਮੱਝ ਉਹ ਤੁਹਾਡੀ ਬਣੀ ਉਹਦੇ ਸਿੰਘ 'ਚ ਵੱਜੀ ਘੜੀ ਟੁੱਟ ਗਈ ਅੱਛਾ ਤੁਹਾਨੂੰ ਆਪਣਾ ਨੁਕਸਾਨ ਨਹੀਂ ਹੋਇਆ ਘੜੀ ਦਾ ਵੱਜ ਘੜੀ ਦਾ ਹੋ ਗਿਆ ਉਹਦੇ ਤੇ ਗੁੱਟ ਪੈ ਗਈ ਸੀ ਕਹਿੰਦੇ ਤੈਨੂੰ ਅਸੀਂ ਲੈ ਕੇ ਦਿੱਤੀ ਆ ਤੂੰ ਹੁਣ ਤੋੜ ਵੀ ਦਿੱਤੀ ਦੂਏ ਦਿਨ ਹਾਂ ਤੇ ਡੈਡੀ ਕਹਿੰਦੇ ਵੀ ਅੱਗੇ ਤੋਂ ਭਾਵੇਂ ਝੋਟੇ ਤੇ ਛਾਲ ਮਾਰ ਭਾਵੇਂ ਮੱਝ ਤੇ ਘੜੀ ਨਹੀਂ ਪਾਉਣੀ ਤੁਹਾਨੂੰ ਨਵੀਂ ਤੁਸੀਂ ਯਾਰ ਘੜੀਆਂ ਜਾ ਕੇ ਹਨਾ ਜੇ ਤਾਂ ਮੇਲੇ 'ਚ ਜਾਵੇ ਬੰਦਾ ਸਕੂਲ ਜਾਵੇ ਤੂੰ ਮੱਝ ਤੇ ਛਾਲ ਮਾਰੀ ਚਲੋ ਵਧੀਆ ਜੀ ਹਾਂਜੀ ਹਾਂਜੀ ਤੇ ਆਪਣਾ ਮੈਂ ਪੁੱਛ ਸਕਦਾ ਉਹ ਕਿਹੜੇ ਲੱਕੀ ਮੱਝ ਸੀ ਜਿਨ੍ਹਾਂ ਤੇ ਪ੍ਰੋਫੈਸਰ ਸਾਹਿਬ ਨੇ ਛਾਲ ਮਾਰੀਆਂ ਨੂਰੀ ਮੱਝ ਸੀ ਨੂਰੀ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਹਾਂਜੀ ਥੈਂਕ ਯੂ ਆਓ ਜੀ ਆਓ ਰਣਬੀਰ ਸਿੰਘ ਰਣਬੀਰ ਸਿੰਘ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਜੀ ਮੈਂ ਲੁਧਿਆਣਾ ਤੋਂ ਜੀ ਇੱਥੇ ਆਪਣੇ ਕਾਲਜ ਮੈਂ ਅਕਾਊਂਟਸ ਡਿਪਾਰਟਮੈਂਟ ਸੀ ਓਕੇ ਜੀ ਲੇਖਾ ਜੋਖਾ ਹਾਂਜੀ ਪੈਸੇ ਪੂਸੇ ਠੀਕ ਹੈ ਜੀ ਹੈ ਜੀ ਤੇ ਹੋਰ ਪਰਿਵਾਰ 'ਚ ਕੌਣ ਕੌਣ ਹੈ ਜੀ ਪਰਿਵਾਰ 'ਚ ਮੰਮੀ ਡੈਡੀ ਦਾਦੀ ਜੀ ਅਤੇ ਮੇਰੇ ਸਿਸਟਰ ਜੋ ਕਿ ਇੱਥੇ ਲੈਕਚਰਾਰ ਨੇ ਓਕੇ ਜੀ ਬਹੁਤ ਵਧੀਆ ਭੈਣ ਭਰਾ ਬਸ ਨਹੀਂ ਠੀਕ ਹੈ ਇਨਕਮ ਘਰ ਜਾਂਦੀ ਹੈ ਵਧੀਆ ਜੀ ਗੁੱਡ ਹੈ ਜੀ ਗੁੱਡ ਅਤੇ ਹੋਰ ਸ਼ੌਂਕ ਜੀ ਹੋਰ ਸ਼ੌਂਕ ਸਰ ਸਿੰਗਿੰਗ ਦਾ ਥੋੜ੍ਹਾ ਓਕੇ ਸੁਣਾਓ ਜੀ ਕੁਝ ਲਾਈਨਾਂ ਕਰੋ ਜੀ ਪੇਸ਼ ਉਹ ਰੰਗਲਾ ਪੰਜਾਬ ਕੀ ਸਿਫਤ ਸੁਣਾਵਾ ਨੀ ਜਿੱਥੇ ਰੱਬ ਵਰਗੀਆਂ ਮਾਵਾਂ ਉਹ ਧਰਤੀ ਪੰਜ ਦਰਿਆ ਦੀ ਰਾਣੀ ਮੁੱਚ ਸਦਾ ਸਰਬਤ ਕਬੱਡੀ ਖੇਡਣਾ ਕਬੱਡੀ ਖੇਡਣਾ ਤੇ ਕ੍ਰਿਕਟ ਮੈਚ ਦੇਖਣਾ ਕ੍ਰਿਕਟ ਤੇ ਸਿੰਗਿੰਗ ਓ ਯਾਰ ਬੇਲੀ ਬਨ ਬਨ ਟੋਲੀਆਂ ਰਹਿਣ ਬੋਤਲਾਂ ਹਮਾਰੇ ਵਿੱਚ ਖੋਲੀਆਂ ਓ ਮੇਰੇ ਮੋਢ ਤੇ ਬੰਦੂਕ ਪਾਉਂਦੀ ਬੋਲੀਆਂ ਕਿਹੜਾ ਜੱਟ ਦੀ ਚੜ੍ਹਤ ਨੂੰ ਰੋਕ ਕੇ ਪ੍ਰੋਫੈਸਰ ਕਹੋਂਗੇ ਪ੍ਰੋਫੈਸਰ ਸੂਰਮਿਆ ਜਿਹੜਾ ਪ੍ਰੋਫੈਸਰ ਦੀ ਚੜ੍ਹਤ ਨੂੰ ਰੋਕ ਕੇ ਹਾਏ ਹਾਏ ਬਹੁਤ ਵਧੀਆ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਹਾਡਾ ਨਾਮ ਜੀ ਸਮੀਪ 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 ਤੁਸੀਂ ਕਿੱਥੋਂ ਬਿਲੋਂਗ ਕਰਦੇ ਜੀ ਮੈਂ ਲੁਧਿਆਣੇ ਨੂੰ ਬਿਲੋਂਗ ਕਰਦੇ ਹਾਂ ਹਾਂਜੀ ਸਮੀਪ ਤੁਸੀਂ ਇੰਟਰਨੈਸ਼ਨਲ ਜਿਹੜੇ ਹੈਗੇ ਸਟੂਡੈਂਟਸ ਉਹਨਾਂ ਨਾਲ ਹਨਾ ਤੁਹਾਡੀ ਬਹੁਤ ਹੀ ਵਾਰਤਾਲਾਪ ਹੁੰਦੀ ਹੈ ਹਾਂਜੀ ਹਨਾ ਤੇ ਤੁਸੀਂ ਅੰਗਰੇਜ਼ੀ ਮੈਂ ਦੇਖਿਆ ਜੀ ਬਹੁਤ ਵਧੀਆ ਤਰੀਕੇ ਨਾਲ ਫੋਨ ਫੋਨ ਵੀ ਆਏ ਜੀ ਮਤਲਬ ਕਿ 10 ਸੈਕਿੰਡ ਜੀ ਪੂਰੀਆਂ ਦੋ ਗੱਲਾਂ ਕਰ ਗਏ ਅੰਗਰੇਜ਼ੀ 'ਚ ਅੱਛਾ ਜੀ 10 ਸੈਕਿੰਡ 'ਚ ਪਹਿਲੇ ਅੱਖਰ ਦੀ ਹੁੰਦੇ ਆ ਵੀ ਯੈਸ ਯੈਸ ਗੋ ਗੋ ਹਨਾ ਹਾਂਜੀ ਮੈਂ ਟਿਊਸ਼ਨ ਰੱਖ ਲਈ ਤੁਹਾਡੇ ਕੋਲ ਅੱਛਾ ਜੀ ਪਲੇਜ਼ਰ ਹਾਂਜੀ ਇਟਸ ਅ ਪਲੇਜ਼ਰ ਹੁਣ ਮੈਨੂੰ ਇਹਦਾ ਵੀ ਕਹਾ ਮਤਲਬ ਪਤਾ ਜੀ ਲੱਗੇਗਾ ਪਤਾ ਲੱਗੇਗਾ ਇਹਦਾ ਮਤਲਬ ਕੀ ਹੈ ਵੀ ਤੂੰ ਵਧੀਆ ਕੀਤਾ ਨਹੀਂ ਜੀ ਮਤਲਬ ਕਿ ਬਹੁਤ ਚੰਗਾ ਲੱਗਿਆ ਤੁਹਾਨੂੰ ਕਿ ਮੈਨੂੰ ਜੀ ਮੈਨੂੰ ਮੈਨੂੰ ਵੀ ਬਹੁਤ ਚੰਗਾ ਲੱਗਿਆ ਜੀ ਹੁਣ ਟਿਊਸ਼ਨ ਰੱਖ ਲਈ ਜੀ ਹਾਂਜੀ ਅੰਗਰੇਜ਼ੀ ਦੀ ਹਾਂਜੀ ਅੰਗਰੇਜ਼ੀ ਸਿਖਾਉਣੀ ਹੈ ਜੀ ਅੱਛਾ ਜੀ ਠੀਕ ਹੈ ਜੀ ਪਹਿਲਾਂ ਤਾਂ ਤੁਸੀਂ ਸਤਿ ਸ਼੍ਰੀ ਅਕਾਲ ਦਾ ਬੁਲਾਓ ਜੀ ਮੈਡਮ ਜੀ ਨਹੀਂ ਗੁੱਡ ਮਾਰਨਿੰਗ ਗੁੱਡ ਈਵਨਿੰਗ ਇਹ ਸ਼ਾਮ ਦਾ ਵੇਲਾ ਜੀ ਅੱਛਾ ਚਲੋ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਆਫਟਰਨੂਨ ਗੁੱਡ ਈਵਨਿੰਗ ਗੁੱਡ ਮਾਰਨਿੰਗ ਗੁੱਡ ਆਫਟਰਨੂਨ ਐਂਡ ਗੁੱਡ ਈਵਨਿੰਗ ਗੁੱਡ ਈਵਨਿੰਗ ਨਹੀਂ ਜਿਹੜਾ ਆਫਟਰਨੂਨ ਹੈ ਜੀ ਉਹ ਚ ਰਾਰਾ ਨਹੀਂ ਬੋਲਣਾ ਐਕਸੈਂਟ ਆਂਦਾ ਫਿਰ ਅੱਛਾ ਜੀ ਗੁੱਡ ਆਫਟਰਨੂਨ ਫਿਰ ਰ ਕਿੱਥੇ ਗਿਆ ਜੀ ਵਿੱਚ ਵਾਲਾ ਰ ਖਾ ਲੋ ਕੋਈ ਨਾ ਖਾ ਲੋ ਕੋਈ ਨਾ ਅੱਛਾ ਜੀ ਗੁੱਡ ਆਫਟਰਨੂਨ ਅੱਗੇ ਜੀ ਹੋਰ ਹੋਰ ਇੱਧਰ ਸ਼ਬਦ ਦੱਸੋ ਜੀ ਹੈਲੋ ਹਾਊ ਆਰ ਯੂ ਹੈਲੋ ਹਾਊ ਆਰ ਯੂ ਆਮ ਫਾਈਨ ਨਹੀਂ ਹਾਊ ਆਰ ਯੂ ਨਹੀਂ ਹਾਊ ਆਰ ਯੂ ਨਹੀਂ ਨਾ ਨਾ ਹਾਊ ਆਰ ਯੂ ਹਾਊ ਆਰ ਯੂ ਹਾਊ ਆਰ ਯੂ ਬਾਬਾ ਯੈਸ ਹਾਊ ਆਰ ਯੂ ਯੈਸ ਦੂਜਾ ਬੰਦਾ ਕਹੇ ਤੂੰ ਆਪ ਦਾ ਸਹੀ ਨਹੀਂ ਯਾਰ ਨਹੀਂ 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 The point is confidence. Tusi zyada nahi shushan karni. Achha. Confidence na bolna. How are you? Yes. Hana that's ji. Good. Agla gave tu aap hi nahi theek tera muh pehle khulla rehnda. Oh fir tusi angreza na gal karoge na punjabi ne to utta hi hai. Punjabi ne utna apan angreza na. How are you? They say fine thank you. How are you? Oh dehi badi ho jaye. Chali jango bad de. Nobody is perfect but yes practice is good. ਹਾਂ ਜੀ ਹਾਂ ਜੀ ਬਹੁਤ ਵਧੀਆ ਟਾਈਮ ਲੱਗੇਗਾ ਇਹ ਟਾਈਮ ਮੰਗਦੀਆਂ ਚੀਜ਼ਾਂ ਪ੍ਰੈਕਟਿਸ ਮੰਗਦੀਆਂ ਨੇ ਡੈਡੀਕੇਸ਼ਨ ਮੰਗਦੀਆਂ ਨੇ ਚਾਹੇ ਕੋਈ ਵੀ ਭਾਸ਼ਾ ਡੈਡੀ ਦਾ ਹੈ ਮੇਰੇ ਕੋਲ ਅੱਛਾ ਡੈਡੀਕੇਸ਼ਨ ਅੱਛਾ ਜੀ ਇਹ ਵੀ ਵਧੀਆ ਜੀ ਡੈਡੀ ਦਾ ਹੈ ਕਿ ਦੇਖੋ ਹੁਣ ਤੁਸੀਂ ਮੇਰੇ ਕੋਲ ਇੰਗਲਿਸ਼ ਸਿੱਖਣ ਆਏ ਹੋ ਹੁਣ ਮੈਂ ਤੁਹਾਨੂੰ ਪੰਜਾਬੀ ਦੀ ਚੀਜ਼ਾਂ ਦਾ ਦੱਸੂੰਗੀ ਨਹੀਂ ਨੈਚੁਰਲ ਇੰਗਲਿਸ਼ ਦੀਆਂ ਚੀਜ਼ਾਂ ਦੱਸੂੰਗੀ ਤਾਂ ਫਿਰ ਹੁਣ ਤੁਸੀਂ ਦੱਸੋ ਵੀ ਤੁਸੀਂ ਕਦੋਂ ਟਿਊਸ਼ਨ ਤੇ ਆਣਾ ਬਟ ਟਿਊਸ਼ਨ ਤੁਸੀਂ ਜਦੋਂ ਕਹਿਣਾ ਜੀ ਉਦੋਂ ਹੀ ਆਣਾ ਜੀ ਆਪਾਂ ਵਧੀਆ ਲੱਗੇ ਤੁਹਾਡੇ ਨਾਲ ਅੰਗਰੇਜ਼ੀ 'ਚ ਬੋਲ ਕੇ ਥੈਂਕ ਯੂ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਜੀ ਬਾਕੀ ਸ਼ਬਦ ਹਨਾ ਸਾਨੂੰ ਨਹੀਂ ਆਉਂਦੇ ਜੀ ਇਹ ਵਾਲੇ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਅਸੀਂ ਹੋਏ ਕੁਰਬਾਨ ਲੋਕ ਪੱਗ ਕਰਕੇ ਵੱਖਰਾ ਰੋਬ ਜਹਾਨ ਤੇ ਪੱਗ ਕਰਕੇ ਉਂਝ ਫਿਰੇ ਜਹਾਨ ਤੇ ਕੁੱਲ ਦੁਨੀਆ
ਸਾਡੀ ਵੱਖਰੀ ਪਛਾਣ ਤਾਂ ਪੱਗ ਕਰਕੇ ਜ਼ਰ ਜ਼ਰੂ ਜ਼ਮੀਨ ਦਾ ਮੋਹ ਕੋਈ ਨਾ ਜਿੱਤੇ ਕਾਬਲ ਕੰਧਾਰ ਤਾਂ ਪੱਗ ਕਰਕੇ ਰੱਬੀ ਉਸਤਤ ਦੇ ਲਈ ਇੱਕ ਹੱਥ ਮਾਲਾ ਦੂਜੇ ਹੱਥ ਕਿਰਪਾਨ ਤਾਂ ਪੱਗ ਕਰਕੇ ਲੈ ਕੇ ਕਲਗੀ ਧਰ ਤੋਂ ਥਾਪੜਾ ਦੋਈ ਦਿਨ ਖੇਡ ਲੈ ਮੌਜਾਂ ਮਾਣ ਲੈ ਤੈਂ ਭੱਜ ਜਾਵਣਾ ਉਹ ਕੰਗਣਾ ਕੱਚ ਦਿਆ ਲੈ ਕੇ ਕਲਗੀ ਧਰ ਤੋਂ ਥਾਪੜਾ ਦਿੱਤਾ ਚਰਨੀ ਸੀਸ ਨਵਾ ਅੱਖਾਂ ਦੇ ਵਿੱਚ ਆ ਉਹ ਤੇਰੀਆਂ ਮਰਦਾ ਤੇਰੀਆਂ ਤੇਰੀਆਂ ਮਰਦਾ ਤੇਰੀਆਂ ਹਾਂ ਜੀ ਹਾਂ ਵਾਰਾ ਸੁਣਿਆ ਜਾ ਥੈਂਕ ਯੂ ਬਹੁਤ ਵਧੀਆ ਕਮਾਲ ਚਲੋ ਵੀ ਦੋਸਤੋ ਅੱਜ ਪੂਰੀਆਂ ਰੌਣਕ ਲੱਗੀਆਂ ਜੀ ਭੁੱਟਾ ਗਰੁੱਪ ਆਫ ਕਾਲਜਿਸ ਦੇ ਵਿੱਚ ਅਗਲੇ ਹਫ਼ਤੇ ਇੱਕ ਹੋਰ ਕਾਲਜ ਦੇ ਵਿੱਚ ਮਿਲਾਂਗੇ ਸ਼ੋਅ ਨੂੰ ਪਿਆਰ ਦਿੰਦੇ ਰਹੋ ਰਵਨੀਤ ਵੱਲੋਂ ਬਾਏ ਬਾਏ ਜੀ ਥੈਂਕਸ ਫੋਰ ਵਾਚਿੰਗ ਕੰਟੀਨਿਊ ਮੰਡੀਰ MH1 ਕੰਟੀਨਿਊ ਮੰਡੀਰ ਦੇ ਇਸ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਤਾਂ ਕਿ ਅਗਲੀਆਂ ਸ਼ੋਅਜ਼ ਦੀਆਂ ਜਿਹੜੀਆਂ ਨੋਟੀਫਿਕੇਸ਼ਨਸ ਹੈਗੀਆਂ ਉਹ ਤੁਹਾਨੂੰ ਮਿਲ ਸਕਣ ਥੈਂਕ ਯੂ ਸੋ ਮਚ ਜੀ ਸਤਿ ਸ਼੍ਰੀ ਅਕਾਲ